प्रभ जू तो कह लाज हमारी, नीलकंठ नरहर नारायण, नील बसन बनवारी, परम पुरख परमेश्वर स्वामी, पावन पवन अहारी, माधव महाज्योत मद मर्दन, मान मुकंद मुरारी, निर्विकार निर्जोर निंद्रा बिन, निर्विख नरक निवारी, कृपा सिंध काल त्रयदर्शी, कोकृत परनाशनकारी, निर्विकार निर्जोर निंद्रा बिन, निर्विख नरक निवारी, कृपा सिंध काल त्रयदर्शी, कोकृत परनाशनकारी। कहा बुद्ध प्रभ तुच्छ हमारी, बरन सके महिमा जो तिहारी, हम न सकत कर सिफत तुम्हारी, आप ले हो तुम कथा सुधारी, हम ना सकत कर सिफत तुम्हारी, आप ले हो तुम कथा सुधारी। सतनाम श्री वाहे गुरु साहिब जी। पातशाही दसवीं त्वे प्रसाद, चलित्र 97वां, दोहरा सियालकोट के देश में, साल बाहना राव, खट दर्शन को मानई, राखत सबको पाव, सियालकोट के देश में, साल बाहना राव, खट दर्शन को मानई, राखत सबको पाव। सुगुरु प्यारी सास संगत जी, आप जी श्रवण कर रहे हो धन धन साहिब श्री गुरु ग्रंथ साहिब महाराज जी की अपार रहमत ते बख्शिश दे नाल। धन धन साहिब इकमाल साहिब श्री गुरु गोबिंद सिंह साहिब जी की महान रचना, श्री दसम ग्रंथ साहिब जी की पावन गुरबाणी, श्री चरित्र उपाख्यान की लड़ी वार विचार, सो सतगुरु जी की अपार रहमत ते बख्शिश दे नाल जो के 96 चलित्र हन विचार सहित पूर्ण हो चुके ने। सो अज जो 97 नंबर चलित्र है राजा रसालू ते राणी कोकलां दा, सो अज उस दी विचार सतगुरु जी की कृपा बख्शिश दे नाल करनी है। सतगुरु महाराज की रहमत दे नाल विचारन दी कोशिश करनी है। उतां ते गरीब नवाज पातशाह जी बचन बख्शिश कर रहे ने, दोहरा सियालकोट के देश में, साल बाहना राव, खट दर्शन को मानई, राखत सबको पहाव। सतगुरु जी बचन करते ने कि सियालकोट शहर दा सालवान नां दा एक राजा सी, ते ओ खट दर्शन ये 6 भेख हैं, किसी एक नू नहीं, वो 6 भेखां का ही बहुत सत्कार करता सी, बड़ी उन्होंने प्रति प्रेम भावना रखता सी। जिहड़े ये 6 भेख प्रचलित मन्ने गए हैं, जिमें कि सतगुरु जी ने गुरबाणी अंदर फरमाया है, त्वे प्रसाद सवैया दे विच असीं रोजाना पढ़ते हाँ कि सरावग सुध समूह सदान के देख फिरयो कर जोग, जति गए थे महाराज जी ने जिहड़े 6 भेख आउंदे हन इन्हां दा ही वेरवा दस्सिया है तो गुरु पिता जी ने। सो कहण तो भाव कि एक जोगी सो जंगम
ਤੇ ਤੀਸਰੇ ਨੰਬਰ ਤੇ ਸੜੇਵੜੇ ਸੰਨਿਆਸੀ ਤੇ ਬੈਰਾਗੀ ਜਿਹੜੇ ਇਹ ਛੇ ਭੇਖ ਹਨ ਜੋ ਵੱਖੋ ਵੱਖਰੇ ਢੰਗ ਤਰੀਕੇ ਦੇ ਨਾਲ ਆਪਣਾ ਪੰਥ ਚਲਾਉਂਦੇ ਹਨ ਆਪਣੇ ਆਪ ਨੂੰ ਧਰਮੀ ਅਖਵਾਉਂਦੇ ਹਨ ਤੇ ਪ੍ਰਮਾਤਮਾ ਨੂੰ ਪਾਉਣ ਦੇ ਰਸਤੇ ਦੇ ਵੱਖੋ ਵੱਖਰੇ ਢੰਗਾਂ ਦੇ ਨਾਲ ਚੱਲਦੇ ਹਨ ਸੋ ਜਿਹੜੇ ਵੀ ਇਸ ਪੰਥ ਦੇ ਉੱਪਰ ਚੱਲਦੇ ਸਨ ਜਾਂ ਇਸ ਇਹਨਾਂ ਛਿਆਂ ਭੇਖਾਂ ਦੇ ਹਿੱਸੇ ਬਣਦੇ ਸਨ ਉਹਨਾਂ ਦਾ ਹੀ ਜੋ ਰਾਜਾ ਸਾਲਵਾਨ ਸੀ ਉਹ ਬਹੁਤ ਹੀ ਇਤਕਾਰ ਕਰਦਾ ਸਭ ਨੂੰ ਇੱਜ਼ਤ ਮਾਣ ਦਿੰਦਾ ਸਭਨਾਂ ਨਾਲ ਹੀ ਪ੍ਰੇਮ ਕਰਦਾ ਕਿ ਇਹ ਪਰਮਾਤਮਾ ਨੂੰ ਪਾਉਣ ਵਾਸਤੇ ਇਉਂ ਭੇਖ ਦੇ ਵਿੱਚ ਚੱਲੇ ਹੋਏ ਹਨ ਤੇ ਇਹ ਆਪਣੇ ਭੇਖ ਦੇ ਅਨੁਸਾਰ ਜੋ ਇਹਨਾਂ ਦੇ ਨਿਯਮ ਹਨ ਉਹਦੇ ਅਨੁਸਾਰ ਆਪਣਾ ਜੀਵਨ ਬਸਰ ਕਰਦੇ ਨੇ ਇਹ ਮਸਾਲਵਾਹਨ ਰਾਜਾ ਇਹਨਾਂ ਖੱਟ ਦਰਸ਼ਨ ਦਾ ਹੀ ਪ੍ਰੇਮੀ ਸੀ ਸ੍ਰੀ ਤ੍ਰਿਪਰਾਰ ਮਤੀ ਹੁਤੀ ਤਾਂ ਕਿ ਤ੍ਰਿਆ ਕਉ ਨਾਮ ਤੇ ਸਾਲਵਾਨ ਰਾਜਾ ਦੀ ਇਸਤਰੀ ਜਿਸਦਾ ਨਾਮ ਸੀ ਤ੍ਰਿਪਰਾਰ ਮਤੀ ਭਜੈ ਭਵਾਨੀ ਕਉ ਸਦਾ ਨਿਸਦਿਨ ਅਠਹੁ ਜਾਮ ਜਿੱਥੇ ਰਾਜਾ ਛਿਆਂ ਭੇਖਾਂ ਦੇ ਨਾਲ ਪ੍ਰੇਮ ਰੱਖਣ ਵਾਲਾ ਸੀ ਉਹਨਾਂ ਨੂੰ ਮੰਨਣ ਵਾਲਾ ਸੀ ਉੱਥੇ ਉਹਦੀ ਰਾਣੀ ਸੀ ਤ੍ਰਿਪਰਾਰ ਮਤੀ ਉਹ ਭਵਾਨੀ ਦੀ ਅੱਠੇ ਪਹਿਰ ਹੀ ਪੂਜਾ ਕਰਦੀ ਸੀ ਅੱਠੇ ਪਹਿਰ ਉਹਦਾ ਜਾਪ ਜਪਦੀ ਰਹਿੰਦੀ ਸੀ ਚਾਓ ਪਈ ਜਹ ਜਬ ਭੇਦ ਬਿਕਰਮੈ ਪਾਇਓ ਮਿਤ ਸੈਨ ਲੈ ਕੇ ਚੜ੍ਹਈ ਦਾ ਧਾਇਓ ਜਦੋਂ ਇਸ ਰਾਜੇ ਦੇ ਸੰਬੰਧ ਵਿੱਚ ਸਾਲਵਾਨ ਰਾਜੇ ਦੇ ਸੰਬੰਧ ਵਿੱਚ ਬਿਕਰਮ ਨਾਂ ਦੇ ਰਾਜੇ ਨੇ ਸੁਣਿਆ ਹੈ ਤਾਂ ਉਹ ਵੱਡੀ ਸੈਨਾ ਲੈ ਕੇ ਇਸ ਰਾਜੇ ਉੱਪਰ ਚੜ੍ਹਾਈ ਕਰਕੇ ਆਇਆ ਹੈ ਨੈ ਕਸਾਲ ਬਾਹਨ ਡਰਿਓ ਜੋ ਰਸੂਰ ਸਨਮੁਖ ਹਵੈ ਲਰਿਓ ਉਸਨੇ ਬਿਕਰਮ ਰਾਜੇ ਨੇ ਸਾਲਵਾਨ ਦਾ ਬਿਲਕੁਲ ਵੀ ਡਰ ਨਹੀਂ ਮੰਨਿਆ ਸਗੋਂ ਆਪਣੇ ਸੂਰਮੇ ਨੂੰ ਇਕੱਠੇ ਕਰਕੇ ਸੂਰਬੀਰ ਨੂੰ ਇਕੱਠੇ ਕਰਕੇ ਸਾਲਵਾਨ ਰਾਜ ਦੇ ਸਾਹਮਣੇ ਹੋ ਕਰਕੇ ਲੜਨ ਵਾਸਤੇ ਆਇਆ ਹੈ ਦੋਹਰਾ ਤਬ ਤਾ ਸੋ ਸ੍ਰੀ ਚੰਡ ਕਾ ਐਸੇ ਕਹਿਓ ਬਨਾਏ ਹੁਣ ਜਿਹੜੀ ਸਾਲਵਾਨ ਰਾਜੇ ਦੀ ਇਸਤਰੀ ਸੀ ਤੇ ਪ੍ਰਾਰਮਤੀ ਜੋ ਕਿ ਚੰਡਕਾ ਦੀ ਪੂਜਾ ਕਰਦੀ ਸੀ ਭਵਾਨੀ ਦੀ ਪੂਜਾ ਕਰਦੀ ਸੀ ਉਸ ਵੇਲੇ ਚੰਡਕਾ ਨੇ ਪ੍ਰਗਟ ਹੋ ਕੇ ਕਿਸ ਗੱਲ ਤੋਂ ਖੁਸ਼ ਹੋ ਕਰਕੇ ਕਿ ਅੱਠੇ ਪਹਿਰ ਮੇਰੀ ਹੀ ਭਗਤੀ ਕਰਦੀ ਹੈ ਮੇਰਾ ਜਾਪ ਜਪਦੀ ਹੈ ਤੇ ਅੱਜ ਇਹਨਾਂ ਉੱਪਰ ਮੁਸ਼ਕਲ ਬਣੀ ਹੈ ਤੇ ਮੇਰਾ ਕਿ ਆਪਣਾ ਪਿਆਰੇ ਜਾਣ ਕਰਕੇ ਭਵਾਨੀ ਪ੍ਰਗਟ ਹੋਈ ਤੇ ਆਖਣ ਲੱਗੀ ਸੈਨ ਮ੍ਰਿਤਕਾ ਕੀ ਰਚੋ ਤੁਮ ਮੈਂ ਦਿਓ ਜਿਆਏ ਉਹ ਆਖਣ ਲੱਗੀ ਉਸ ਤ੍ਰਿਪਰਾਰ ਮਤੀ ਨੂੰ ਰਾਣੀ ਨੂੰ ਆਖਣ ਲੱਗੀ ਆਪਣੇ ਰਾਜੇ ਨੂੰ ਆਖ ਕਿ ਉਹ ਮਿੱਟੀ ਦੀ ਸੈਨਾ ਬਣਾ ਲਵੇ ਤੇ ਮੈਂ ਉਹਨਾਂ ਦੇ ਵਿੱਚ ਜਾਨ ਪਾ ਦਿਆਂਗੀ ਚਾਉ ਪਈ ਜੋ ਜਗ ਮਾਤ ਕਹੇ ਉਹ ਸੋ ਕੀਨੋ ਸੈਨ ਮ੍ਰਿਤਕਾ ਕੀ ਰਚ ਲੀਨੋ ਤੇ ਜਿਵੇਂ ਫਿਰ ਭਵਾਨੀ ਨੇ ਜਿਵੇਂ ਕਰਕੇ ਬਚਨ ਕੀਤਾ ਜਿਵੇਂ ਕਰਕੇ ਆਖਿਆ ਤੇ ਰਾਣੀ ਨੇ ਉਵੇਂ ਹੀ ਕੀਤਾ ਰਾਣੀ ਰਾਜੇ ਨੂੰ ਜਾ ਕੇ ਕਿਹਾ ਕਿ ਭਵਾਨੀ ਦਾ ਇਉਂ ਕਹਿਣਾ ਹੈ ਮਾਤਾ ਦਾ ਇਉਂ ਕਹਿਣਾ ਹੈ ਕਿ ਜੇਕਰ ਤੁਸੀਂ ਮਿੱਟੀ ਦੀ ਹੀ ਸੈਨਾ ਬਣਾ ਲਵੋ ਤਾਂ ਉਹ ਉਹਦੇ ਵਿੱਚ ਜਾਨ ਪਾ ਦੇਵੇਗੀ ਜਿਹੜੀ ਕਿ ਤੁਹਾਡੇ ਤਰਫੋਂ ਹੋ ਕੇ ਲੜੇਗੀ ਅਤੇ ਤੁਹਾਨੂੰ ਜਿੱਤ ਪ੍ਰਾਪਤ ਹੋਵੇਗੀ ਕਿਰਪਾ ਦ੍ਰਿਸ਼ਟ ਸ੍ਰੀ ਚੰਡ ਨਹਾਰ ਜਗੇ ਸੂਰ ਹਥਿਆਰ ਸੰਭਾਰੇ ਰਾਜੇ ਨੇ ਇਉਂ ਹੀ ਕੀਤਾ ਮਿੱਟੀ ਦੀ ਹੀ ਸੈਨਾ ਬਣਾ ਲਈ ਜਿਸ ਵੇਰ ਚੰਡਿਕਾ ਨੇ ਮਿਹਰ ਦੀ ਨਜ਼ਰ ਕੀਤੀ ਤਾਂ ਸਾਰੇ ਸੂਰਮੇ ਹਥਿਆਰ ਬੰਦ ਹੋ ਕੇ ਜਾਗ ਉੱਠੇ ਦੋਹਰਾ ਮਾਟੀ ਤੇ ਮਰਦੋ ਭਜੇ ਕਰਕੇ ਕ੍ਰੋਧ ਬਸੇਖ ਸਭ ਜੀ ਆਖਦੇ ਹਨ ਕਿ ਮਿੱਟੀ ਤੋਂ ਉਤਪਤ ਹੋਏ ਸੂਰਮੇ ਗੁੱਸੇ ਵਿੱਚ ਆ ਉੱਠੇ ਹਨ ਹੈ ਗਏ ਰਾਤ ਪੈਦਲ ਕੰਨੇ ਨ੍ਰਿਪ ਉੱਠ ਚਲੇ ਅਨੇਕ ਕੋਈ ਘੋੜਿਆਂ ਤੇ ਸਵਾਰ ਕੋਈ ਹਾਥੀ ਤੇ ਸਵਾਰ ਕੋਈ ਪੈਦਲ ਹੀ ਕੋਈ ਰੱਥਾਂ ਉੱਪਰ ਚੜ੍ਹਿਆ ਹੋਇਆ ਏ ਇਹ ਅਨੇਕਾਂ ਹੀ ਸੂਰਬੀਰ ਸ਼ਸਤਰਾਂ ਦੇ ਸਹਿਤ ਐ ਸੰਜੋਵਾਂ ਸਹਿਤ ਬਹਿਨ ਕਰਕੇ ਸ਼ਸਤਰ ਬਸਤਰ ਸਜਾ ਕਰਕੇ ਸਾਲਵਾਨ ਰਾਜੇ ਦੇ ਨਾਲ ਚੱਲ ਕੇ ਗਏ ਹਨ
छाओ पई गहरे नाद नगर में बाजे गह गह गुरज गरबे आ गाजे। जिस वेले साल बांध राजा तो दी फौज चढ़ाई करके जा रहे ने, अगों दुश्मन दा मुकाबला करने वास्ते बिक्रम राय दा मुकाबला करने वास्ते, ता उस वेल नगर दे विच जोरदार नाद वजन लगे हन। हंकारी सुर में उच्ची उच्ची ललकार रहे ने, चूक टूक भाख है जो है बहरो फेर धाम नह जाय है। उस सुर में यह आखते हैं कि जेहड़ा भी साढ़े सामने आवेगा उसनू टोटे टोटे कर देवांगे, तो दोबारा उसनू घर वापस नहीं जान देवांगे। दोहरा यह मंत्र कर सुर में परे सैन में आए, तो यह मता पका के सुर में गुस्से दे विच हंकारी सुर में अपने मन दे विच यह मता पका करके आपस च मता पका करके जेहड़ा भी साढ़े सामने आएगा दुश्मन का सिपाही साढ़े सामने आवेगा उस टोटे टोटे कर देवांगे, ते मुड़ के जिंदा घर नहीं वापस जान देंगे। इउं सूरमे मता पका करके सेना दे विचार ले ने, जो बिक्रम को दल हु तो सो लै चले उठाए। ते ए विचार करके सूरमे सेना दे उप टुट पए हन, ते बिक्रम जो राजा चढ़ाई करके आया होया सी उदे सारे ही फौज दे दल नू उठा लिया है, भाव कि उस फौज दे उपर बिक्रम राजे दी सेना दे उपर ये सूरमे जो भवानी दी निगाह ना बने हुए सन, मेहर दी निगाह ना बने हुए सन, वो सारे ही सूरमे बिक्रम राजे दल दल आया होया थे, सेना आई हुई सी उदे उपर भारी पै रहा सी। कहण तो भाव कि इन्हां दे विच उन्हां दे बरथाए जान जड़ी सी ज्यादा सी, बल ज्यादा सी, ताकत ज्यादा सी, ते सूरमिया ने आंदिया सार ही दुश्मन दी फौज उपर धावा बोल दिता है। भुजंग छंद रथी कोट कूटे करी करोर मारे, किते साज औराज बाजी बदारे। ते महाराज जी आखदे हन कि इउं जो साल बांध राजे नाल सूरमे आए ने, उन्हां ने अनेकां ही बिक्रम राजे दी फौज विचों अनेकां ही रथवाहक हाथी ते सवार राजे घोड़िया उपर सवार सारे सूरबीर सूरमे मार सुट्टे ने। कने कुम जोधा तिसी भूम जूझे, कहां लहु गनो मैं नहीं जात बूझे। महाराज जी आखदे हन कि सारे सूरमे जंग दे मैदान विच कुद पए हन, अनेकां ही सूरमे बड़ी हंकारी हठी कहाउण वाले जंग दे मैदान विच कुद पए हन। कितनी वड्डी गिणती बचाए हन सूरमे जिन्हां दी गिणती भी नहीं कीती जा सकदी। रवा मल छंद अमित सेना लै चल्यो तहे आप राजा संग। ते महाराज जी आखदे हन कि राजा जो बिक्रम सी वो भी अपना बहुत सेना नाल लेके आया होया सी। जोर कोर सो बीर मंत्री शस्त्र धार सुरंग, तो उदी सेना दे विच भी अनेक ही सुंदर शस्त्रधारी सूरमे सन। सूल सैथन के लगे अर सेध बांधन साथ, पर जिस भी सूरमे दे उपर त्रिशूल दा तलवार दा तीर दे नाल वार होया, जूझ जूझ गए तहां रणभूम मद परमाथ। ते ओही सूरमे रणभूमि दे युद्ध करदे होए शस्त्रां दा वार खांदे होए ते करदे होए जंग मैदान दे विच ही जूझ के मर खप गए हन। भुजंग छंद जगे जंग जोधा गए जूझ भारे, किते भूम घूमे मनो मत वारे। ते साहब जी बचन करते हैं कि इउं भारी जंग होया है जिस दे अनेकां ही सूरमे लड़ मरे, ते किते अनेकां ही सूरमे जड़े हन वो शस्त्रां दा फट खा करके जिवें एक मतवाला जिसने भंग दा नशा कीता, किसी प्रकार दा नशा कीता होवे, नशेड़ी जड़ा है मतवाला हो के जिवें धरती उपर डिगदा है, इवें सूरमे फट खा खा करके धरती उत्ते डिगदे हन। किते मार ही मार ऐसे पुकारें, किते शस्त्र सोरें त्रिया भेख धारें।
ते किते सुर में मारो मारो पुकार दे हन कि मार दियो या पुकार कर दे ने। ते किते हथियार छड़ के अपने बचाओ वास्ते कि कुछ सुर में जो जंग दे मैदान में सामना करन तो डर गए हन, कुछ सुर में तो ऐसे हन कि जो मारो मारो पुकार दे हन कि मार देना है, पर कुछ सुर में ऐसे हन जो डर गए हन। जंग दा मैदान दा दृश्य वेख करके किसी दा बहुत भयानक कट्टा वड हो रही है, जिस करके विक्रमरारी सेना जड़ी है ओहदे विचों कोई सुरमे डर गए हन, डरपोक हो करके हथियार छड़ के ते अपने बचाओ वास्ते स्त्रियां वांग रूप धारण कर लिया है कि अपने आप नूं बचाउण वास्ते जंग मैदान विचों भज रहे हन। सबै आन जोधा चहु घात गजे, महासंख आओ धुंदपी नाद वजे। जिस वेले सूरमे चौहां पासां तो ही पहुंच के जंग मैदान दे विच गर्जन लगे हन, उस वेले संख ते नगारे उच्ची आवाज विच गुंजाए गए हन। परी जो अभितान की भीड़ भारी, तब आप श्री काल का किलकारी। जद फिर इं सूरमिया की भीड़ वध गई तो बहुत सारे सूरमे जंग मैदान में टुट के आन पे हन। उस वेले अपने प्यारा जान करके अपना दास जान करके साल बाद राजे ने अपना दास जान करके जिहड़ी कालका है वो किलकारी मरदी हुई आप आ गई है जंग मैदान दे विच, वो आप आई है। तहां आप लै रुद्र डोरू बजायो, चतर साठ मेल जोगनी गीत गायो। तो महाराज जागदे हन कि उथे जो भवानी दा पति है शिव जी, उसने आप आके जंग मैदान में डोरू बजाया। अति चौहठ जो चौहठ जोगनियां उन्होंने मिल के जंगी गीत गाया है। कहूं कोप कै डाकनी हाक मारे, कहूं भूत और प्रेत नागे बिहारे। जंग मैदान दे विच किते डैणा जड़ियां हन गुस्से नाल किलकारियां मारदियां हन, आवाजां मारदियां हन, ते किसे पासे ते भूत प्रेत नंगे हो के ही नच रहे ने। तो मर शांद तब बिकर मैं रिस खाए, पट पांत पांत बुलाए। ते उस वेल बिक्रम राजे ने गुस्सा खादा ते कई प्रकार दे अपने सूरबीर होर बुलाए हन। चित में अधिक हठ ठान, तिह ठां परत भे आन। ते वो भी सारे जेडे सूरबीर सन मन दे बहुत हठ करके इको थां ते इकट्ठे हो गए हन। बिक्रम राय वेख रहा सी कि असीं चढ़ाई करके आए हाँ, पर अगों सानूं मूंह दी खाणी पै रही है, मेरा पासा हल्का पै रहा है। ये वेख के बिक्रम राजा होर गुस्से विच आ रहा सी। आत कह सो जो दयान, लर मरत पे तज कान। ते फिर एक बारी जंग भखिया ते नेकां ही सूरमे बिना अपनी जान दी परवाह कीते लड़ लड़ के मरन लगे हन। बाजंतर कोट बजाए, रन राग मारू गाए। ते अनेकां प्रकार दे ही वाजे वजन लगे। ते जंग दे विच मारू राग, ये जंग दा राग है मारू राग, ये जंग दे मैदान विच वजन लगा है। चाहो पई आन परे ते सकल नबेरे, उमड़े और काल के प्रेरे। ते जिहड़े भी सूरमे वध के हमला करके आन पए, सारिया नू ही खत्म मिंटां दे विचों कुछ समय दे विचों खत्म कर दिता गया। ते फिर होर काल दे प्रेरे होए होर सूरमे उछल के आए हन। जे चल दल रण मंडल आए, लर मर के सब स्वर्ग सदाए। जिन्ने भी लड़न वास्ते रण मैदान दे विच आए हन, वो सारे ही मर मर के स्वर्ग नू चले गए। ऐसी भांत सैन जब लड़े हो, ए कबीर जीवत ना उभरे हो। ते महाराज जी आखदे हन कि इवें भयानक युद्ध होया, बहुत वड्डे वड्डी गिणती में सेना आपस च भिड़ी है, ते एक भी सूरमा बिक्रम राजे दा जिउंदा नहीं बचया। तब हठ राव आप दो ताए, पांत पांत बदतर बजाए। ते उस वेले दोवें हठी राजे बा बिक्रम राजा जो सालवान राजा, ये दोवें चल पए हन, एक दूजे उपर हमला करने वास्ते आए हन। जंग मैदान विच भिन्न प्रकार दे जंगी मारू वाजे वजन लगे हन।
तुरही नादन फीरी बाजी शंख ढोल करनाए गाजी। जंग मैदान में तुरिया तुरही पब तूतियां नाद नफीरियां ते करनाए पब की रण सिंगे। घुरे पब की बजे हन इहो अनेकां प्रकार जंगी नाद जड़े हन। जंगी साजो जड़े समान साजो समान जड़ा है जां जंग दा इशारा करने वास्ते जंग हुण फिर शुरू एक बार तो फिर शुरू हुंदा है। उस दे वास्ते वाजे जड़े हन अनेकां प्रकार दे तुरही नाद नफीरी जां होर रण सिंगे जड़े हन इक्को बार दे विच फिर वजे हन। पांत पांत मोह कुरे नगारे देखत सुर विवान चढ़ सारे। इउं कई प्रकार दे जंगी नगारे वजे ते सारे देवते बिमाना उपर चढ़ के वेखन लगे हन कि जो भयानक युद्ध हो रहा सी विक्रम राजे ते सालवन राजे दे विचकार। जो विक्रम तिहे काए चलावे आप आन श्री चंड बचावे। विक्रम राजा जो भी सालवन राजे नू मारन वास्ते अपना कोई शस्त्र चलाउंदा है तो चंडका आप आ करके अपना दास जान करके सालवन नू बचा लेंदी है। तेहे ब्रण एक लगन नह देवे सेवक जान राख कै लेवे। ते इओ चंडका जो है माता जड़ी है एक भी जख्म अपने सालवान राजे नू अपना दास जान करके लगन नहीं देंदी ओनू अपना सेवक जान के बचा लेंदी है। दोहरा देवी भगत पछान तेहे लगन अधीने काए। देवी ने अपना भगत जान करके सालवान नू जख्म नहीं लगन दिता। बजर बाण बर छीन को बिक्रम रहे उचलाए। ते बिक्रम राजा अनेकां प्रकार दे बजर दे समान तीर ते बरछे चलाउंदा रहा पर उहदे किसे भी शस्त्र दा सालवान राजे उपर कोई फट नहीं होया कोई जख्म नहीं होया। चाउ पई साल बाहन की एक पटरानी सो रन हेर अधिक दड़पानी। सालवान राजे जो पटरानी सी ओ इउं भयानक जंग हुंदा वेख के बहुत घबरा गई। पूज गौर जा तहे मनाई पूत भविख वह ठहराई। तां उसने उस वेले गौरी माता दी पूजा कीती ते अपना उसनूं रखवाला मन्निया। उहने इउं बेनती कीती कि हे माता तूं साडी आउण वाले समें दे विच ते हुण दे समें विच जो बीत चुका है तिन्हां समें दे विच ही तूं ही साडी रखणहारी है तूं ही साडी रख्या करन वाली है। तब तेह दरस गौर जा दयो उठ राणी तेह सीस चुकियो। जद इउं अनेकां प्रकार दे नाल पटराणी ने जो सलवान राय दी पटराणी सी उसने गौरा माता दी गौरी माता दी अनेक प्रकार दे नाल पूजा कीती है उस्तुति कीती है। उस वेले गौरी माता ने आके उसनूं अपना दर्शन दिता। राणी ने उठ करके सिर सीस नवाया है। पांत पां जग मात मनायो जीत होए हमरी बर पायो। ते कई प्रकार दे नाल उसने जग जो माता सी गौरी माता सी उस दी स्तुति कीती पूजा कीती ते जित दा वरदान जेड़ा सी माता कोलों अपने पति वास्ते प्राप्त की साल वान राते दी जित वास्ते वर प्राप्त कीता। दोहरा साल बाहन विक्रम भए बाजो लोह अपार। ते इधर सालवाहन राजा ते बिक्रम राजे विचकार आपसी लोहा खड़कन लगा। आठ जाम आहव बिखे युद्ध भयो बिकरार। ते पूरे 8 पहर तक दोनों राजे विच भयानक युद्ध हुंदा रहा। चाओ पई सियालकोट नायक रिस परयो चितर बचतर चौपरन करयो। जिहड़ा सियालकोट दा मालक सलवान राजा सी ਉਹ ਬਹੁਤ ਹੀ ਗੁੱਸੇ ਨਾਲ ਭਰਿਆ ਆਇਆ ਸੀ ਤੇ ਕਈ ਪ੍ਰਕਾਰ ਦੇ ਨਾਲ ਉਤਸ਼ਾਹ ਦੇ ਸਹਿਤ ਯੁੱਧ ਕਰਨ ਲੱਗ ਪਿਆ। ਤਨ ਧਨਵਾਨ ਬਦਰ ਸੇ ਮਾਰੇ ਰਾਵ ਵਿਕਰਮਾ ਸਵਰਗ ਸਧਾਰੇ। ਸਾਲਵਾਨ ਰਾਜੇ ਨੇ ਕੀ ਕੀਤਾ ਕਿ ਕਸ ਕਸ ਕੇ ਬੱਜਰ ਦੇ ਵਾਂਗੂ ਉੱਪਰ ਤੀਰ ਮਾਰੇ ਹਨ ਜਿਹਦੇ ਨਾਲ ਕਿ ਰਾਏ ਵਿਕਰਮ ਜਿਹੜਾ ਜ਼ਖਮੀ ਹੋ ਗਿਆ ਤੇ ਆਖਰ ਮੌਤ ਦੇ ਮੂੰਹ ਚਲਾ ਗਿਆ ਹੈ। ਦੋਹਰਾ जीत बिक्रमा जीत को जित मैं हरख बड़ाए। बिक्रमा जीत नूं जित करके मन दे विच राजे ने बहुत खुशी मनाई सालवान राजे ने।
अंत है पूरे आवत पयो देख हृदय सुख पाए। अंत नमांच बहुत ही सुख प्राप्त करके बहुत खुश होकर के अपने नगर दे वापस आ गया है। चाओ पई जब राजा अंत है पुरे आयो सुने हो जो बारानी जू पायो। जिस वेले सालवान राजा पर नगर अंतपुर दे आया तो उन राणी द्वारा प्राप्त किए वरदान की गल सुनी कि मेरी पडराणी है उसने वर प्राप्त किया होया सी गौरी माता दे कोलों मेरी जित दा। माओ को कहे वो जीत एह दई ता सुप्रीत अद कहवै गई। ते राजा आखन लगा कि मेनू तो मेरी पटराणी ने जित दिलाई है माता दे कोलों। ते एवं सोच करके राजे दी अपनी पटराणी दे प्रति प्रीत जड़ी सी होर वध गई। दोहरा हमारे हित हैरानी है लीनी गौर मनाए। वो आखन लगा कि वो साढ़े वास्ते राणी ने गौरी नू मनाया। हरी जब भगवती बर दयो तब हम जिते बनाए। तो आखन लगा फिर माता ने खुश होके ते वरदान दिता है तो तद ही मैनू जंग मैदान दे विच जित हासिल हुई है। चाओ पई निस दिन रहे तवन के डेर और रानियन और नहेर। ते हुण राजा जेड़ा सी वो रात दिन ही अपनी पटराण दे महलां विच रहन लगा ते होर राणियां वल वो वेखदा तक नहीं सी क्योंकि उसने सोचा कि राणी मेरी बहुत सन पर जो पटराणी दे करके मुझे तो प्राप्त हुई है कि पटराणी ने गौरी माता दी पूजा की थी ते गौरी माता ने प्रसन्न होकर मैनू जित प्राप्त दे वर बख्शिया। इसे करके मैनू एड्डी वड्डी जित हासिल हुई। ते इस करके जो राजा सी ओ दिक स्नेह अपनी पटराणी नाल करन लग पिया ते हो राणियां वल ओ देखदा भी नहीं सी। बहुत मास रह तेब पहेओ दे भी पूत एक देह दयो। जद बहुत महीने रहिंदिया जदों इउं कट्ठे रहिंदिया बहुत सारा समा हो गया तां देवी ने आकर उन्हां दोहां नूं ही एक पुत्तर दिता। ताको नाम रसालू राख्यो ऐसो बचन चंड का पाख्यो। ते उन्हां ने दोहां जणिआं ने उहदा नाम चंडी दी आखण ते माता दी आखण ते रसालू रखिया। महाजती जो दा एह होई जा सम और ना जग मैं कोई। ते माता ने इउं आखिया कि ए महान रति ते योधा होवेगा ते इहदे समान बली सूरमा सारे संसार दे विच ही किधरे नहीं होवेगा। ज्यों ज्यों बढ़त रसालू जावै नेत्या खेट करै मृग कहवै। जिमें जिमें समा बतीत हुंदा गया सालवान राजा उहदी पटराणी दा पुत्त जिहड़ा रसालू सी उह वड्डा हुंदा गया और रोज हुण शिकार खेडण जांदा सी ते हरण अदिक दा शिकार करदा सी। सैर देस देसन को करै किस हूँ राजा ते नह डरै। इवें रसालू जिहड़ा सी उह देसां दशांतरां दी सैर करदा सी पर किसे भी राजे कोलों उह बिल्कुल भी डरदा नहीं सी। खेल अखेट जब ग्रह आवे तब चाव करके खेल मचावे। जिस वेले रसालू सारा दिन शिकार खेड के वापस आंदा तो आंदे अपने घर दे विच चौपड़ दी खेड च मस्त हो जांदा सी। जीत जीत राजन को लेई शोर शोर चित्र कर देई। ते इस खेड दे विच इतना माहर सी कि वड्डे वड्डे राजन उसने हराया होया सी ते वड्डे वड्डे राजन नूं हरा करके चित कर दिंदा सी। ए कडोमता को ग्रहे आयो खेल रसालू साथ रचायो। ते एक दिन एक मरासी रसालू दे घर आया उसने रसालू दे नाल चौंपड़ खेडना शुरू कर दिता। भगया बस्तर असब जब हारे चित्तर चित्तियो बचन उचारे। जिस वेले मरासी अपनी पग अपने वस्त्र अपना घोड़ा भी हार गया क्योंकि जेड़ा वो मरासी सी बहुत ही चलाक सी बहुत चलाक आदमी सी। उसने अपने मन दे विचों एक ख्याल कढ़ के आखन लगा चौपर बाज तो हे तब जानो मेरो कहे एक तुम मानो। वो आखन लगा हे रसालू मैं तेनों तद ही चौपड़ बाज मन्ना मैं ताही मन्ना कि तू इतना चौपड़ बाज है तेनों कोई हरा नहीं सकता। तद ही मैं गल मन्नागा कि जेकर तू मेरी आखी होए एक गल मान लवे।
कपके संग खेल रह जावो, तब यह खेल जीत के रह आओ। आखन लगा कि जेकर तुसी सिरकप राजे नाल खेडो तो यह खेड जीत के वापस घर दे विच आवो, तो फिर मैं तुहानू मन्नांगा कि तुसी बहुत ही वधिया चौपड़बाज हो, जिसमें तुसी किसे कोल तुसी हार नहीं खा सकते ते किसे कोल तुसी जित्ते नहीं जा सकते, फिर ही मैं तुहानू यो मन्नांगा। इयो सुन बचन रसालू, तहयो चढ़ कोरा पह तही सधायो। ते ए गल सुन के रसालू घोड़े उते चढ़ गया, जो राजा सिरकप सी ओदे देश ते विच पहुंच गया। सिरकप के दे संतरे आयो, आन राव साव खेल रचायो। ते आखिर रसालू जेड़ा सी सिरकप ते देश विच आया, ते ओदे नाल ओदे कोल पहुंच करके चौपड़ दी खेड खेडनी शुरू कर दिती है। तब सिरकप छल अधिक सोत हरे, शस्त्र अस्त्र बस्त्रन जुत हारे। सिरकप राजा बहुत छल कपट भी करन दे बावजूद सारे अपने अस्त्र बस्त्र शस्त्र सारा कुछ ही हार गया। तन हराए सरबादी लागी, सो जीत लई बड़भागी। सारा कुछ ही राजे ने सिरकप राजा सारा कुछ अपना हार दिता। फिर आखिर उसने सारा कुछ हार के अपनी सिर दी बाजी लगाई। आखन लगा जेकर इस बाजी विच तू जित गया तो तू मेरा सिर वढ लवेगा, तो जे मैं जित गया तो मैं तेरा सिर कलम कर देंगा। तो उस वारी दे विच भी, उस मौके दे विच भी रसालू वड्या भागां दे नाल जित गया है। जीत ताहे मारन लै तहयो, इउं सुन कै रन वासहि पायो। ते महाराज आखदे हन कि जिस वेले रसालू उस सिरकप राजे नूं जित के ते मारन वास्ते लै के तुरिया, तो उहदे महल दे विचों राणियां दी आवाज आई जो रसालू ने सुनी है। या की सुता कोकला लीजै, जे ते बद जा को नहीं कीजै। ते ओ राणी महल दे विचों आवाज दे रही सी और सालू नू आख रही सी कि इस राजे दी कोकला है, उस नू लै जावो पर साडे राजे नू जान तो ना मारो। तब तेह जान माफ कह दई, ताकि सुता कोकला लई। रसालू ने उवें ही कीता कि उसदी धी नू लै लिया ते उस राजे नू माफ कर दिता है। दंड कार में सदन सवारियो, ताके बीच राख तेह तहरियो। ते रसालू ने जंगल दे विच ही अपना घर बनाया ते ओदे विच ही उस कोकला नू जो कि उस राजे सिरकप राजे दी बेटी सी उस नू अपने नाल ही रखन लग पिया है। ताको लड़का पन जब गयो, जो बन आन दमामो दयो। जद क्योंकि ओ जे छोटी सी जिस वे रसालू उन्हों अपने नाल लेके आया, तो हौली हौली तो बचपन बतीत होया ते जवानी पव जवानी दी अवस्था आ गई है। राजा निकट न ताके आवे, या ते अतरा नी दुख पावे। पर रसालू राजा उहदे नेड़े नहीं आउंदा सी, इस करके वो बहुत दुखी हुंदी सी। एक दिवस राजा जब आयो, तब रानी इउं बचन सुनायो। फिर एक दिन जदों राजा वापस आया शिकार खेड के, तां कोकला राणी उसनूं अगलों आखन लगी कि हे मेरे मालक, कि तुसी मैनूं भी अपने नाल लै चलिया करो। जिथे तुसी जंगल दे विच जाके हिरणां दा शिकार करदे हो, मैनूं भी अपने नाल ही लै के जाया करो। लै राजा तिहे संग सदायो, जहे मृग हन तहे तहे आयो। ते राजा आखर अपनी रानी कोकला नू नाल लै के उत्थे पहुंचया जिथे ओह हिरणां दा शिकार करिया करदा सी। दै फेरा सर सौ मृग मारियो, जह कौ तक कोकला निहारियो। राजे ने की कीता कि तीर चला करके हिरण दा शिकार कीता, ते ये सारी घटना कोकला ने अपनी अखां नाल वेखी। तब रानी यों बचन उचारे, सुनो बात नृप साथ हमारे।
उस वेले कोकला रानी फिर रसालू राजन नूं आखन लगी कि हे राजन मेरी गल सुनो। मृग सरसों मृग कहो हाँ मारो, तुम ठाडे जहजरत निहारो। आखन लगी हे राजन तुही तीरां दे नाल हिरनां दा शिकार करदे हो, पर मैं अपने अखां रूपी तीरां दे नाल ही हिरनां दा शिकार करांगी। तुसी ये सारा तमाशा जड़ा है इत्थे खलो के देखना करो। घूंघट शोर कोकला ताई, मृग लख ताहे गयो उरजाई। तो फिर कोकला अपना कुंड चुक के हिरन दे मगर आई। जिस वेले हिरन ने कोकला नु वेख्या कि कोकला बहुत ही सुंदरता दी मालक सी, बहुत सोहने रूप वाली सी, ते हिरन उदे सोहने रूप नु ही वेखदा रह गया। अमित रूप जब ताहे निहारे हो, ठाड रहे हो नह शंख पधारे हो। ते जद हिरन ने उदे बहुत ही सोहने रूप वाल वेख्या है ता उत्थे ही खलोता रहा, डर के दौड़िया नहीं। कर सो मृग रानी जब गहे हो, जह कौ तकरी सालू लहे हो। जिस वेले हिरन रानी दे हथा विच फड़िया होया, रानी ने हिरन नू हथ विच फड़िया होया, इउं करके रसालू ने वेख्या है। तब चित पीतर अध करस आयो, कान काट के ताहे पठायो। तो ये वेख करके राजे दे मन च गुस्सा धारण कीता कि मैं इन्हां हिरनां दा शिकार करदा हाँ, मेथों डर के दौड़दे ने, पर ये कोकला राणी कि इहदे वल ये प्रेम दे नाल खिंचे आंदे ने। ते इउं मन दे विच ये सोच करके वे ते इउं विचार करके फिर राजे दे मन विच गुस्सा जिहा आया, जिस करके रसालू ने गुस्से विच आ करके ते हिरन दे कन्न वढ के उसनूं वापस उड़ा दिता है। कान कट्टियो मृग लख जब पायो, सो हो डी महलन तरे आयो। ते हिरन ने वेख्या कि इसने मेरे कान वड़ दिते ने, तो वह डरदा होया। एक राजा जिसनों कि जिसका नाम होडी करके प्रसिद्ध सी, उस होडी राजे दे महल दे हेठा आ गया है। सिंध देश इस वर गह लयो, चढ़ घोड़ा पै पाछे तयो। जिस वेले सिंध देश दे ऐश्वरी राजे पब होडी राजे ने उस हिरन वाल वेख्या कि ते कन्न कट्टे होए ने ते है बहुत सुंदर सी, तो वह भी उस हिरन का शिकार करने वास्ते चढ़ाई करके घोड़े उपर चढ़ करके उसके पिछे दौड़िया है। ताबे आ गए ताके मृग तहयो, महल को कलां के आयो। ते हिरन उस राजे को भी डरदा होया अगे अगे दौड़दा, आखिर उस कोकलां दे महल थले ही आ पहुंचया। होडी ताको रूप निहारियो, हर अर सरता को तन मारियो। जिस वेले उस होडी राजे ने क्योंकि आया ता ओ हिरन दे मगर सी जेड़ा ही कोकलां दे महल लागे आ पहुंचया सी, आया ता ओ हिरन दा शिकार करने वास्ते सी, पर जिस वेले उसने सामने कोकलां वल तकिया है, कोकलां दे सोहणे रूप नू वेख्या है, ता होडी राजा काम दे तीरां नाल ही विन्नेया गया है। होडी जब कोकला निहारी, बिहस बात एह भांति उचारी। जिस वेले होडी राजे ने कोकला नू वेख्या तां मुस्कुरा के कोकला नू आखन लगा, हम तुम्हें आओ बरा जहन दो, जा को पिहदना पावत को। वो आखन लगा कि आओ तुसी ते मैं इकट्ठे ही बैठना करदे हां, ते ये जंगल है, जंगल दे विच किसे नू इस गल दा पता बिल्कुल भी नहीं चलेगा। है ते उत्तर भवन भगत हरे, आन कोकला साथ बिहारे। ते होडी राजा घोड़े तो उतर के कोकला दे महल विच आया ते कोकला दे नाल ही आके बैठ गया है। भोग कमाए बाहरी उठ गए, उदत्या दिवस पुन आवत पयो। ते उस होडी राजे ने कोकलां दे नाल मंद क्रिया कीती ते फिर वापस चला गया है। पर दूसरे दिन फिर ओ होडी राजा कोकलां नू इवें ही मिलन वास्ते आ गया। तब मैं ना यह भांत बखानी, का कोकला तू पई ए आनी। ते जिथे के वो रसालू दी घरवाली जिथे ओ रहिंदी सी,
ਰਸਾਲੂ ਨੇ ਮਹਿਲ ਬਣਾਇਆ ਹੋਇਆ ਸੀ ਕੋਕਲਾਂ ਦੇ ਤੇ ਆਪਣੇ ਰਹਿਣ ਵਾਸਤੇ। ਉੱਥੇ ਪਿੰਜਰੇ ਦੇ ਵਿੱਚ ਹੀ ਮਹੱਲ ਦੇ ਵਿੱਚ ਤੋਤਾ ਤੇ ਮੈਨਾ ਰਹਿੰਦੇ ਸੀ ਤੇ ਉਹਨਾਂ ਦੇ ਦੋਹਾਂ ਵਿਚੋੜੀ ਮੈਨਾ ਸੀ, ਤੋਤਾ ਤੇ ਮੈਨਾ। ਮੈਨਾ ਉਹਨਾਂ ਵਿੱਚੋਂ ਆਖਣ ਲੱਗੀ ਕਿ ਹੇ ਕੋਕਲਾ, ਕੀ ਤੂੰ ਇਉਂ ਮੂਰਖ ਬਣ ਗਈ ਏ? ਇਉਂ ਸੁਨ ਬੈਨ ਤਾਂ ਹੇ ਹਨ ਡਾਰਿਓ, ਤਬ ਸੁਖ ਤੇ ਇਹ ਪਾਂ ਤੇ ਉਚਾਰਿਓ। ਉਹ ਅਸਲ ਦੇ ਵਿੱਚ ਜਿਹੜੀ ਮੈਨਾ ਸੀ ਸਮਝਾਉਣਾ ਚਾਹੁੰਦੀ ਸੀ ਕੋਕਲਾ ਨੂੰ ਕਿ ਤੂੰ ਰਸਾਲੂ ਦੀ ਘਰਵਾਲੀ ਹੈ, ਤੂੰ ਉਹਨੂੰ ਛੱਡ ਕਰਕੇ ਕਿਸੇ ਹੋਰ ਪਰਾਏ ਮਰਦ ਦੇ ਨਾਲ ਵਿਭਚਾਰ ਕਰਦੀ ਫਿਰਦੀ ਹੈ ਤੇ ਇਹਦਾ ਇਹ ਕੰਮ ਸਹੀ ਨਹੀਂ ਹੈ। ਇਉਂ ਕਰਕੇ ਜਦ ਉਸ ਮੈਨਾ ਨੇ ਉਸਨੂੰ ਸਮਝਾਉਣਾ ਕੀ ਤਾਂ ਕੋਕਲਾ ਨੂੰ ਬਹੁਤ ਗੁੱਸਾ ਆਇਆ। ਇਉਂ ਸੁਨ ਬੈਨ ਤਾਹੇ ਹਨ ਡਾਰਿਓ, ਤਬ ਸੁਖ ਤੇ ਇਹ ਪਹਾਂ ਤੇ ਉਚਾਰਿਓ। ਤੇ ਇਹ ਗੱਲ ਨੂੰ ਸੁਣ ਕੇ ਕੋਕਲਾ ਬਹੁਤ ਗੁੱਸੇ ਵਿੱਚ ਆ ਗਈ ਤੇ ਉਸਨੇ ਮੈਨਾ ਨੂੰ ਬਾਹਰ ਕੱਢ ਕੇ ਮਾਰ ਦਿੱਤਾ ਹੈ। ਤਾਂ ਉਸ ਵੇਲੇ ਤੋਤਾ ਵੀ ਇਉਂ ਕਰਕੇ ਆਖਣ ਲੱਗਾ, ਭਲੋ ਕਰਿਓ ਮੈਂ ਨਾ ਤੈ ਮਾਰੀ, ਸਿੰਧ ਏਸ ਕੇ ਸਾਥ ਬਹਾਰੀ। ਉਹ ਆਖਣ ਲੱਗਾ, ਹੇ ਰਾਣੀ ਕੋਕਲਾ, ਤੂੰ ਬਹੁਤ ਚੰਗਾ ਕੀਤਾ ਕਿ ਜੋ ਤੂੰ ਇਸ ਮੈਨਾ ਨੂੰ ਮਾਰ ਦਿੱਤਾ ਹੈ, ਚੰਗਾ ਹੋਇਆ ਭਲਾ ਕੰਮ ਕੀਤਾ। ਕਿਉਂਕਿ ਤੋਤਾ ਚੁਸਤ ਚਲਾਕ ਸੀ, ਉਸਨੂੰ ਪਤਾ ਸੀ ਕਿ ਜੇ ਮੈਂ ਮੈਨਾ ਦੀ ਹਮਾਇਤ ਕਰਾਂਗਾ ਤਾਂ ਕੀ ਪਤਾ ਵੀ ਇਹ ਮੈਨੂੰ ਵੀ ਮਾਰ ਦੇਵੇ। ਇਸ ਕਰਕੇ ਉਸਨੇ ਆਪਣੇ ਆਪ ਦਾ ਬਚਾਅ ਕਰਨ ਵਾਸਤੇ ਉਸਨੇ ਝੂਠੀ ਹੀ ਕੋਕਲਾਂ ਦੀ ਉਸਤਤੀ ਕਰਨੀ ਸ਼ੁਰੂ ਕਰ ਦਿੱਤੀ। ਆਖਣ ਲੱਗਾ, ਜਿਹੜੀ ਮੈਨਾ ਸੀ ਨਾ ਬਹੁਤ ਮਾੜੀ ਸੀ, ਬਹੁਤ ਗਲਤ ਸੀ, ਇਹ ਕਿਸੇ ਹੋਰ ਰਾਜੇ ਦੇ, ਜਿਹੜਾ ਸਿੰਧ ਦਾ ਰਾਜਾ ਹੈ ਉਹਦੇ ਨਾਲ ਇਹਦਾ ਸੰਪਰਕ ਬਣਿਆ ਹੋਇਆ ਸੀ, ਉੱਥੋਂ ਦੀਆਂ ਗੱਲਾਂ ਇੱਧਰ ਉੱਧਰ ਕਰਦੀ ਫਿਰਦੀ ਸੀ ਤੇ ਇਹ ਤੂੰ ਬਹੁਤ ਚੰਗਾ ਕੀਤਾ ਕਿ ਦੁਸ਼ਮਣ ਨੂੰ ਮਾਰ ਮੁਕਾਇਆ ਏ। ਮੋਹ ਕਹਿ ਕਾਢ ਹਾਥ ਪੈ ਲੀਜੈ, ਬੀਚ ਪਿੰਜਰਾ ਰਹਿਣ ਨਾ ਦੀਜੈ। ਤੇ ਆਖਣ ਲੱਗਾ ਤੋਤਾ, ਆਖਣ ਲੱਗਾ, ਹੇ ਰਾਣੀ ਦੇਖ ਤੂੰ ਹੁਣ ਮੈਨੂੰ ਪਿੰਜਰੇ ਵਿੱਚ ਨਾ ਰਹਿਣ ਦੇ, ਇੱਦਾਂ ਕਰ ਤੂੰ ਮੈਨੂੰ ਪਿੰਜਰੇ ਵਿੱਚੋਂ ਬਾਹਰ ਕੱਢ ਦੇ, ਕਿਤੇ ਉਹ ਨਾ ਹੋਵੇ ਕਿ ਮੈਨੂੰ ਰਸਾਲੂ ਰਾਜ ਜਿਹੜਾ ਹੈ ਉਹ ਇਉਂ ਵੇਖ ਕਰਕੇ ਕਿਤੇ ਮੈਨੂੰ ਵੀ ਤੇਰੇ ਨਾਲ ਖਤਮ ਨਾ ਕਰ ਦੇਵੇ। ਸੋ ਰਠਾ ਜੇ ਨਰੀ ਸਾਲੂ ਧਾਏ, ਇਹ ਠਾਂ ਪਹੁੰਚੇ ਆਏ ਕੈ। ਆਖਣ ਲੱਗਾ, ਹੇ ਰਾਣੀ ਕਿਤੇ ਉਹ ਨਾ ਹੋਵੇ ਕਿ ਰਸਾਲੂ ਰਾਜਾ ਇੱਥੇ ਹੀ ਸਮੇਂ ਸਿਰ ਆ ਕੇ ਪਹੁੰਚੇ ਤੇ ਸਾਨੂੰ ਇਉਂ ਵੇਖ ਲਵੇ, ਭਵ ਤੈਨੂੰ ਹੋਡੀ ਰਾਜੇ ਨਾਲ ਵੇਖ ਲਵੇ ਤੇ ਕਿਤੇ ਤੇਰੇ ਨਾਲ ਮੈਨੂੰ ਵੀ ਨਾ ਖਤਮ ਕਰ ਦੇਵੇ। ਮੋਹੇ ਤੁਹੇ ਸਿੰਧ ਬਹਾਏ, ਜੰਮਪੁਰ ਦੇ ਪਠਾਏ ਲੱਖ। ਤੋਤਾ ਆਖਣ ਲੱਗਾ ਕਿ ਵੇਖ ਜੇ ਤੂੰ ਮੈਨੂੰ ਬਾਹਰ ਕੱਢ ਦੇਵੇਂਗੀ ਤੇ ਮੈਂ ਸਾਰੀ ਖਬਰ ਸਾਰ ਰੱਖਾਂਗਾ ਕਿ ਕਿਤੇ ਉਹ ਰਸਾਲੂ ਰਾਜਾ ਆ ਤਾਂ ਨਹੀਂ ਰਿਹਾ। ਜੇ ਹੋਡੀ ਰਾਜ ਤੈਨੂੰ ਮਿਲਣ ਵਾਸਤੇ ਆਵੇਗਾ ਤਾਂ ਮੈਂ ਇਸ ਗੱਲ ਦੀ ਖਬਰ ਸਾਰ ਰੱਖਾਂਗਾ, ਸਮੇਂ ਸਿਰ ਤੈਨੂੰ ਸੁਚੇਤ ਕਰ ਦਿਆਂ ਕਰਾਂਗਾ। ਇਸ ਕਰਕੇ ਮੈਨੂੰ ਤੂੰ ਇਹਦੇ ਵਿੱਚ ਨਾ ਰੱਖ, ਕਿਤੇ ਉਹ ਨਾ ਹੋਵੇ ਕਿ ਸਾਨੂੰ ਦੋਹਾਂ ਨੂੰ ਹੀ ਉਹ ਮਾਰ ਕੇ ਤੇ ਦਰਿਆ ਦੇ ਵਿੱਚ ਹੀ ਰੋੜ ਦੇਵੇ। ਚਾਓ ਪਈ ਤਬ ਤੇਹ ਕਾਢ ਹਾਥ ਪੈ ਲਇਓ, ਦ੍ਰਿਸ਼ਟ ਚੁਕਾਏ ਸੂਆ ਉੱਡ ਗਇਓ। ਜਿਸ ਵੇਲੇ ਕੋਕਲਾ ਤੋਤੇ ਦੀਆਂ ਗੱਲਾਂ ਦੇ ਵਿੱਚ ਆ ਕਰਕੇ ਉਸਨੂੰ ਬਾਹਰ ਕੱਢਿਆ, ਆਪਣੇ ਹੱਥ ਦੇ ਉੱਪਰ ਬਿਠਾ ਲਿਆ ਹੈ, ਤੋਤੇ ਨੇ ਮੌਕਾ ਤਾੜ ਕੇ ਉਸੇ ਵੇਲੇ ਹੀ ਮੌਕੇ ਦਾ ਫਾਇਦਾ ਉਠਾਉਂਦੇ ਹੋਏ ਉਡਾਰੀ ਲੈ ਲਈ ਹੈ, ਭਾਵ ਉੱਡ ਗਿਆ ਹੈ। ਜਾਹੇ ਰਸਾਲੂ ਸਾਧ ਜਤਾਇਓ, ਖੇਲਤ ਕਹਾਂ ਚੋਰ ਗ੍ਰਹਿ ਆਇਓ। ਜਿੱਥੇ ਰਸਾਲੂ ਸ਼ਿਕਾਰ ਖੇਡਦਾ ਪਿਆ ਸੀ ਉੱਥੇ ਜਾ ਕਰਕੇ ਤੋਤਾ ਆਖਣ ਲੱਗਾ, ਹੇ ਰਸਾਲੂ ਰਾਜਨ, ਤੂੰ ਇੱਥੇ ਕੀ ਸ਼ਿਕਾਰ ਖੇਡੀ ਜਾਂਦਾ ਏ? ਇਉਂ ਸੁਨ ਬਿਆਨ ਰਸਾਲੂ ਤਾਇਓ, ਤੁਰਤ ਧੌਲ ਹਰ ਕੇ ਤਟ ਆਇਓ। ਉਹ ਜਿਹੜਾ ਤੋਤਾ ਸੀ ਉਸਨੇ ਜਾ ਕਰਕੇ ਆਪਣੇ ਮਾਲਕ ਰਸਾਲੂ ਨੂੰ ਇਹ ਖਬਰ ਸੁਣਾਈ ਕਿ ਤੂੰ ਇੱਥੇ ਖੇਡ ਖੇਡੀ ਜਾ ਰਿਹਾ ਹੈ, ਤੇਰੇ ਘਰ ਦੇ ਵਿੱਚ ਤਾਂ ਚੋਰ ਆਇਆ ਹੋਇਆ ਏ। ਤਾਂ ਉਸ ਵੇਲੇ ਰਸਾਲੂ ਨੇ ਇਹ ਖਬਰ ਸੁਣੀ ਕਿ ਮੇਰੇ ਮਹੱਲ ਦੇ ਵਿੱਚ ਚੋਰ ਵੜ ਗਿਆ ਹੈ, ਤਾਂ ਉਸੇ ਸਾਰ ਹੀ ਗੱਲ ਨੂੰ ਸੁਣਦਿਆਂ ਸਾਰ ਹੀ ਵਾਪਸ ਆਇਆ ਤੇ ਤੁਰੰਤ ਹੀ ਆਪਣੇ ਮਹਿਲ ਦੇ ਕੋਲ ਪਹੁੰਚ ਗਿਆ ਏ। ਭੇਦ ਕੋਕਲਾ ਜਬ ਲਖ ਪਾਇਓ, ਸਫ ਕੇ ਬਿਖਿਆ ਲਪੇਟ ਦੁਰਾਇਓ। ਜਦੋਂ ਕੋਕਲਾ ਨੇ ਇਹ ਵੇਖਿਆ ਕਿ ਉਹ ਰਸਾਲੂ ਰਾਜਨ ਆ ਗਿਆ ਹੈ, ਤਾਂ ਉਸਨੇ ਆਪਣੇ ਹੋਡੀ ਰਾਜੇ ਨੂੰ ਛਪਾਉਣ ਵਾਸਤੇ, ਛਲ ਕਪਟ ਕਰਨ ਵਾਸਤੇ ਇੱਕ ਸੱਪ ਦੇ ਵਿੱਚ ਲਪੇਟ ਦਿੱਤਾ ਕਿ ਮੇਰੇ ਬਾਰੇ ਇਸਨੂੰ ਕੁਝ ਪਤਾ ਨਾ ਚੱਲ ਸਕੇ। ਕਹੇ ਉਹ ਬਕਤਰ ਫੀਕੋ ਕਿਉਂ ਪਹਿਓ, ਜਨ ਕਰ ਰਾਹੋ ਲੂਟ ਸੱਸ ਲਇਓ।
ਜਦ ਇੱਕਦਮ ਜਿਹੜਾ ਉਹ ਰਾਜਾ ਰਸਾਲੂ ਸੀ ਉਹ ਰਾਣੀ ਕੋਕਲਾਂ ਦੇ ਸਾਹਮਣੇ ਆਇਆ ਤਾਂ ਰਾਣੀ ਬਹੁਤ ਘਬਰਾ ਚੁੱਕੀ ਸੀ, ਕਿਉਂਕਿ ਉਹਦੇ ਅੰਦਰ ਚੋਰ ਸੀ, ਛਲ ਕਪਟ ਸੀ, ਵਿਭਚਾਰਨ ਬਣ ਚੁੱਕੀ ਸੀ, ਆਪਣੇ ਪਤੀ ਤੋਂ ਚੋਰੀ ਕਮਾ ਰਹੀ ਸੀ, ਤੇ ਇਸ ਕਰਕੇ ਉਹ ਬਹੁਤ ਹੀ ਘਬਰਾ ਗਈ ਕਿ ਕਿਤੇ ਰਾਜੇ ਨੂੰ ਇਸ ਗੱਲ ਦਾ ਪਤਾ ਲੱਗ ਗਿਆ ਤੇ ਇਹ ਤਾਂ ਸਾਨੂੰ ਜਿਉਂਦਾ ਹੀ ਮਾਰ ਦੇਵੇਗਾ। ਤਾਂ ਉਸ ਵੇਲੇ ਰਾਜਾ ਜਦ ਆਇਆ ਤਾਂ ਉਹ ਆਉਂਦਿਆਂ ਹੀ ਰਾਣੀ ਨੂੰ ਆਖਣ ਲੱਗ ਪਿਆ ਕਿ ਕੀ ਗੱਲ ਹੋਈ ਹੈ, ਤੇਰੇ ਚਿਹਰੇ ਦਾ ਰੰਗ ਫਿੱਕਾ ਕਿਉਂ ਪੈ ਗਿਆ ਹੈ, ਇਵੇਂ ਲੱਗ ਰਿਹਾ ਹੈ ਕਿ ਜਿਵੇਂ ਰਾਹੂ ਨੇ ਚੰਦਰਮਾ ਨੂੰ ਲੁੱਟ ਲਿਆ ਹੋਵੇ, ਜਿਵੇਂ ਚੰਦਰਮਾ ਦੀ ਰੋਸ਼ਨੀ ਜਦੋਂ ਰਾਹੂ ਉਹਦੇ ਉੱਪਰ ਆਪਣਾ ਪ੍ਰਭਾਵ ਛੱਡਦਾ ਹੈ ਤਾਂ ਉਹਦੀ ਚੰਦਰਮਾ ਦੀ ਰੋਸ਼ਨੀ ਅੱਧੀ ਹੋ ਜਾਂਦੀ ਹੈ, ਫਿੱਕੀ ਪੈ ਜਾਂਦੀ ਹੈ, ਕੱਟ ਜਾਂਦੀ ਹੈ, ਤੇ ਇਵੇਂ ਹੀ ਤੇਰੇ ਚਿਹਰੇ ਦਾ ਕੁਝ ਹਾਲਤ ਬਣੀ ਹੋਈ ਹੈ, ਕੀ ਗੱਲ ਹੈ। ਅੰਬੁਵਨ ਕੀ ਅੰਬਿਆ ਕਿਨਹਰੀ ਢੀਲੀ ਸੇਜ ਕਹੋ ਕਹਿ ਕਰੀ, ਤੇ ਆਖਣ ਲੱਗਾ ਕਿ ਤੇਰੀ ਅੱਖਾਂ ਦੀ ਲਾਲੀ ਇਹ ਕਿਸਨੇ ਚੁਰਾ ਲਈ ਹੈ, ਤੇ ਇਹ ਸੇਜਾਂ ਦਾ ਕੀ ਹਾਲਤ ਬਣਾਈ ਹੋਈ ਹੈ, ਇਹ ਸਾਰੇ ਮਹਿਲ ਦੀ ਕੀ ਹਾਲਤ ਬਣੀ ਹੋਈ ਹੈ, ਕੌਣ ਇੱਥੇ ਆਇਆ ਹੈ। ਦੋਹਰਾ ਜਬ ਤੇ ਗਏ ਅਖੇਟ ਤੁਮ ਤਬ ਤੇ ਮੈਂ ਦੁੱਖ ਪਾਏ, ਰਾਣੀ ਨੇ ਗੱਲ ਨੂੰ ਬਦਲਾਉਣ ਵਾਸਤੇ ਕਿ ਰਾਜੇ ਨੂੰ ਉਸ ਗੱਲ ਦਾ ਪਤਾ ਨਾ ਚੱਲੇ ਝੂਠ ਬੋਲਣਾ ਸ਼ੁਰੂ ਕਰ ਦਿੱਤਾ, ਆਖਣ ਲੱਗੀ ਹੇ ਰਾਜਨ ਦੇਖੋ ਜਿਸ ਵੇਲੇ ਤੁਸੀਂ ਸ਼ਿਕਾਰ ਤੇ ਗਏ ਸੀ ਉਦੋਂ ਤੋਂ ਹੀ ਮੈਂ ਬਹੁਤ ਦੁਖੀ ਹਾਂ, ਕਾਮ ਦੇ ਕਰਕੇ ਮੈਂ ਬਹੁਤ ਦੁਖੀ ਹੋ ਚੁੱਕੀ ਹਾਂ, ਕਾਇਲ ਜਿਉਂ ਘੁੰਮਤ ਰਹੀ ਬਿਨਾਂ ਤਿਹਾਰੇ ਰਾਏ, ਆਖਣ ਲੱਗੀ ਹੇ ਰਾਜਨ ਤੁਹਾਡੇ ਤੋਂ ਬਿਨਾਂ ਜਿਵੇਂ ਜ਼ਖਮੀ ਧਰਤੀ ਉੱਪਰ ਪੀੜ ਦੇ ਨਾਲ ਲੇਟਦਾ ਹੈ, ਤਿਵੇਂ ਮੈਂ ਕਾਮ ਦੇ ਜ਼ਖਮ ਕਰਕੇ ਮੈਂ ਲੇਟੇ ਮਾਰ ਰਹੀ ਸੀ, ਮੇਰਾ ਸਰੀਰ ਦੇ ਵਿੱਚ ਬਿਲਕੁਲ ਵੀ ਜਾਨ ਨਹੀਂ ਰਹੀ ਹੈ, ਮੇਰਾ ਸਰੀਰ ਬਿਲਕੁਲ ਹੀ ਇਹਦੀ ਹਾਲਤ ਵਿਗੜ ਚੁੱਕੀ ਹੈ ਕਾਮ ਦੇ ਕਰਕੇ। ਚਾਉ ਪਈ ਬਾਤ ਬਹੀ ਅੰਬਿਆਨ ਲੈ ਗਈ ਮੋਹ ਤਨ ਮੈਨ ਉਪਾਵਤ ਪਈ, ਆਖਣ ਲੱਗੀ ਕਿ ਇਵੇਂ ਕਾਮ ਦੀ ਐਸੀ ਹਵਾ ਵਗੀ ਹੈ ਕਿ ਜਿਹੜੇ ਮੇਰੇ ਹੋਠਾਂ ਦੀ ਭਾਵ ਮੇਰੇ ਚਿਹਰੇ ਦੀ ਲਾਲੀ ਨੂੰ ਚੁਰਾ ਕੇ ਲੈ ਗਈ ਹੈ, ਤੇ ਮੇਰੇ ਸਰੀਰ ਨੂੰ ਉਸਨੇ ਕਮਜ਼ੋਰ ਕਰ ਛੱਡਿਆ ਹੈ। ਤਬ ਮੈਂ ਲਏ ਅਧਿਕ ਪਸਵਾਰੇ ਜੈਸੇ ਮ੍ਰਿਗ ਸਹਾਇਕ ਕੇ ਮਾਰੇ, ਤੇ ਫਿਰ ਮੈਂ ਇਤਨੇ ਕਾਮ ਦੇ ਕਰਕੇ ਕਾਮ ਤੋਂ ਦੁਖੀ ਹੋਏ ਨੇ ਇਉਂ ਪਲਸੇਟੇ ਮਾਰੇ ਹਨ ਕਿ ਜਿਵੇਂ ਹਿਰਨ ਨੂੰ ਤੀਰ ਲੱਗਾ ਹੁੰਦਾ ਹੈ, ਤੀਰ ਦਾ ਮਾਰਿਆ ਹੋਇਆ ਹਿਰਨ ਜਿਵੇਂ ਪਲਸੇਟੇ ਮਾਰਦਾ ਤੜਫਦਾ ਹੈ, ਤਿਵੇਂ ਮੈਂ ਤੁਹਾਡੇ ਵਿਛੋੜੇ ਵਿੱਚ ਕਾਮ ਤੋਂ ਦੁਖੀ ਹੋਈ ਇਵੇਂ ਪਲਸੇਟੇ ਮਾਰ ਰਹੀ ਸੀ, ਤੜਫ ਰਹੀ ਸੀ, ਦੁਖੀ ਹੋ ਰਹੀ ਸੀ। ਤਾਤੇ ਲਰੀ ਮੋਤੀਆਂ ਨੇ ਛੂਟੀ ਉਡਗ ਸਹਿਤ ਨਿਸਜਨ ਜਨ ਰਬ ਤੂਟੀ, ਤੇ ਆਖਣ ਲੱਗੀ ਇਸੇ ਕਰਕੇ ਹੀ ਮੇਰੇ ਮੋਤੀਆਂ ਦੀ ਗੱਲ ਦੀ ਲੜੀ ਟੁੱਟ ਗਈ ਹੈ, ਤੁਹਾਡੇ ਵਿਛੋੜੇ ਕਰਕੇ ਮੇਰੀ ਬੁਰੀ ਹਾਲਤ ਹੋ ਗਈ ਸੀ, ਜਿਵੇਂ ਤਾਰਿਆਂ ਦੇ ਨਾਲ ਜਿਵੇਂ ਸੂਰਜ ਚੜ੍ਹਨ ਦੇ ਨਾਲ ਤਾਰਿਆਂ ਭਰੀ ਤਾਰੇ ਨਾਲ ਭਰੀ ਹੋਈ ਰਾਤ ਦੂਰ ਹੋ ਜਾਂਦੀ ਹੈ, ਬਿਲਕੁਲ ਇਸੇ ਪ੍ਰਕਾਰ ਹੀ ਤੁਹਾਡੇ ਵਿਛੋੜੇ ਦੇ ਵਿੱਚ ਮੇਰੀ ਬੁਰੀ ਹਾਲਤ ਕਿ ਕਾਮ ਦੀ ਅੱਗ ਨੇ ਮੇਰਾ ਐਸਾ ਹਾਲ ਬਣਾ ਦਿੱਤਾ ਹੈ। ਹਉ ਆਤ ਦੁਖਤ ਮੈਨ ਸਉ ਪਹੀ ਜਾ ਤੇ ਸੇ ਢੀਲ ਢੀਲ ਹੋਇ ਗਈ, ਤੇ ਆਖਣ ਲੱਗੀ ਹੇ ਰਾਜਨ ਇਵੇਂ ਮੈਂ ਬਹੁਤ ਦੁਖੀ ਹਾਂ, ਤੇ ਇਸੇ ਕਰਕੇ ਹੀ ਸੇਜਾਂ ਦਾ ਇਹ ਹਾਲ ਬਣ ਗਿਆ ਹੈ, ਕਿਉਂਕਿ ਮੈਂ ਪਲਸੇਟੇ ਹੀ ਬਹੁਤ ਮਾਰੇ ਹਨ। ਦੋਹਰਾ ਤਬ ਦਰਸ਼ਨ ਲਖ ਚੇਤ ਕੋ ਮਿਟ ਗਇਓ ਸ਼ੋਕ ਅਪਾਰ, ਪਰ ਇਹ ਰਾਜਨ ਜਿਸ ਵੇਲੇ ਮੈਂ ਤੁਹਾਨੂੰ ਵੇਖਿਆ ਹੈ ਤੁਹਾਨੂੰ ਵੇਖਦਿਆਂ ਸਾਰ ਹੀ ਮੇਰਾ ਸਾਰਾ ਦੁੱਖ ਦੂਰ ਹੋ ਗਿਆ ਏ, ਜਿਉਂ ਚ ਕਵੀ ਪਤਿ ਆਪਣੇ ਦਿਵ ਕਰ ਨੈਣ ਨਿਹਾਰ, ਜਿਵੇਂ ਕਿ ਸੂਰਜ ਚੜ੍ਹਨ ਤੇ ਚਕਵੀ ਆਪਣੇ ਪਤੀ ਨੂੰ ਨੇਤਰਾਂ ਨਾਲ ਵੇਖਦੀ ਹੈ, ਜਿਵੇਂ ਉਹ ਆਪਣੇ ਪਤੀ ਨੂੰ ਵੇਖ ਕੇ ਸੁੱਖ ਪ੍ਰਾਪਤ ਕਰਦੀ ਹੈ, ਤਿਵੇਂ ਮੈਂ ਤੁਹਾਨੂੰ ਵੇਖ ਕੇ ਸੁੱਖ ਪਾਇਆ ਹੈ। ਚਾਉ ਪਈ ਇਉਂ ਰਾਜਾ ਰਾਣੀ ਬਿਰਮਾਇਓ ਕਰੀ ਕਬਾਤਨ ਸੋਂ ਉਰਜਾਇਓ, ਤੇ ਇਉਂ ਝੂਠੀਆਂ ਗੱਲਾਂ ਕਰਕੇ ਛਲ ਕਪਟ ਕਰਕੇ ਰਾਣੀ ਨੇ ਰਾਜੇ ਨੂੰ ਉਲਝਾਉਣਾ ਚਾਹਿਆ, ਕੁਝ ਕੁ ਸਮਾਂ ਇਵੇਂ ਗੱਲਾਂ ਦੇ ਵਿੱਚ ਉਲਝਾ ਕੇ ਰੱਖਿਆ, ਪਰ ਰਸਾਲੂ ਰਾਜਾ ਬਹੁਤ ਚੁਸਤ ਚਲਾਕ ਸੀ, ਬਹੁਤ ਸਿਆਣਾ ਸੀ, ਸਮਝਦਾਰ ਸੀ, ਉਹਨੂੰ ਪਤਾ ਸੀ ਗੱਲ ਕੁਝ ਹੋਰ ਹੈ। ਪੁਨ ਤਾ ਸੋ ਇਹ ਪਾਤ ਉਚਾਰੋ ਸੁਨੋ ਰਾਵ ਜੋ ਬਚਨ ਹਮਾਰੋ, ਤੇ ਉਹ ਰਾਣੀ ਆਖਣ ਲੱਗੀ ਕੁਝ ਸਮੇਂ ਬਾਅਦ ਠਹਿਰ ਕਰਕੇ ਫਿਰ ਆਪਣੇ ਗੱਲਾਂ ਦੇ ਵਿੱਚ ਉਲਝਾਉਣ ਵਾਸਤੇ ਉਹ ਰਾਜਨ ਨੂੰ ਆਖਣ ਲੱਗੀ ਹੇ ਰਾਜਨ ਤੁਸੀਂ ਮੇਰੀ ਇੱਕ ਗੱਲ ਸੁਣੋ। ਚਾਹੋ ਪਈ ਹਮ ਤੁਮ ਕਰ ਮੇ ਵਾ ਦੋ ਲੇਹੀ ਡਾਰ ਡਾਰ ਯਾ ਸਫ ਮੈਂ ਦੇਹੀ,
ਉਹ ਰਾਜੇ ਦਾ ਖਿਆਲ ਜਿਹੜਾ ਸੀ ਉਸ ਗੱਲ ਤੋਂ ਭੁਲਾਉਣ ਵਾਸਤੇ ਆਖਣ ਲੱਗੀ ਕਿ ਹੇ ਰਾਜਨ, ਆਓ ਅਸੀਂ ਇੱਕ ਖੇਡ ਖੇਡਦੇ ਹਾਂ। ਅਸੀਂ ਦੋਵੇਂ ਜਣੇ ਹੀ ਆਪਣੇ ਹੱਥ ਵਿੱਚ ਮੇਵਾ ਲਵਾਂਗੇ ਜਾਂ ਕੋਈ ਗਿਰੀ ਬਦਾਮ ਹੱਥ 'ਚ ਲੈ ਲੈਂਦੇ ਹਾਂ, ਅਤੇ ਇਹ ਜਿਹੜੀ ਸਾਫ਼ ਸਾਡੇ ਸਾਹਮਣੇ ਪਈ ਹੋਈ ਹੈ ਇਹਦੇ ਉੱਪਰ ਅਸੀਂ ਨਿਸ਼ਾਨਾ ਲਾਵਾਂਗੇ। ਹਮ ਦੋ ਉਦਾਵ ਇਹ ਹੈ ਬਦੜਾਰ ਹੈ ਸੋ ਹਾਰ ਹੈ ਜਿਹ ਪਰੈ ਕਿਨਾਰੇ। ਤਾਂ ਕਹਿ ਲੱਗੀ ਅਸੀਂ ਦੋਵੇਂ ਜਾਣੇ ਹੀ ਨਿਸ਼ਾਨਾ ਲਾਵਾਂਗੇ, ਦਾਅ ਲਾਵਾਂਗੇ, ਅਤੇ ਜਿਸਦਾ ਨਿਸ਼ਾਨਾ ਕੰਢੇ ਉੱਪਰ ਲੱਗੇਗਾ ਉਹ ਸਮਝੋ ਕਿ ਹਾਰ ਗਿਆ। ਦੋ ਹਰਾ ਤਬ ਦੂਹਨ ਮੇ ਵਾ ਲਿਓ ਐਸੇ ਬਹਿਨ ਬਖਾਨ। ਜਦ ਰਾਣੀ ਦੀ ਗੱਲ ਸੁਣ ਕੇ ਰਾਜੇ ਨੇ ਹੱਥ ਮੇਵਾ ਫੜ ਲਿਆ ਹੈ, ਪਰ ਉੱਧਰ ਰਾਜਾ ਜਿਹੜਾ ਸੀ ਬਿਲਕੁਲ ਸਿਆਣਾ ਸੀ, ਉਸਨੂੰ ਪਤਾ ਸੀ ਗੱਲ ਪਲਟਾਉਣ ਵਾਸਤੇ ਰਾਣੀ ਸਾਰਾ ਕੁਝ ਕਰ ਰਹੀ ਹੈ। ਚਤੁਰ ਨਿਰਪਤ ਅਤ ਚਿਤ ਹੁਤੋ ਇਹੀ ਬੀਚ ਗਇਓ ਜਾਨ। ਰਾਜਾ ਇਸ ਗੱਲ ਨੂੰ ਸਮਝ ਚੁੱਕਾ ਸੀ ਕਿ ਰਾਣੀ ਕੁਛ ਪੋਸ਼ ਮੇਰੇ ਤੋਂ ਕੁਛ ਪਾ ਰਹੀ ਹੈ, ਤੋ ਉਸ ਗੱਲ ਨੂੰ ਛੁਪਾਉਣ ਵਾਸਤੇ ਇਹ ਝੂਠੀਆਂ ਗੱਲਾਂ ਘੜ ਰਹੀ ਹੈ ਤੇ ਮੇਰੇ ਅੱਗੇ ਪਖੰਡ ਕਰਦੀ ਪਈ ਹੈ। ਚਾਓ ਪਈ ਤਬ ਰਾਜੈ ਇਹ ਬਚਨ ਉਚਾਰੀ, ਸੁਣ ਰਾਣੀ ਕੋਕਲਾ ਪਿਆਰੀ। ਇਵੇਂ ਖੇਡ ਖੇਡਦਾ ਹੋਇਆ ਰਾਜਾ ਵੀ ਆਖਣ ਲੱਗਾ, ਹੇ ਮੇਰੀ ਪਿਆਰੀ ਰਾਣੀ ਕੋਕਲਾ, ਤੂੰ ਮੇਰੀ ਗੱਲ ਸੁਣ। ਏਕ ਹਰਾਏ ਮ੍ਰਿਗ ਹੇ ਮੈਂ ਆਇਓ, ਕੰਪਤ ਬੂਟ ਮੈਂ ਦੁਰਿਓ ਦੁਰਿਓ ਡਰਾਇਓ। ਰਾਜਾ ਆਖਣ ਲੱਗਾ, ਹੈ ਮੇਰੀ ਪਿਆਰੀ ਰਾਣੀ, ਮੈਂ ਇੱਕ ਹਿਰਨ ਨੂੰ ਭਜਾ ਕੇ ਆਇਆ ਹਾਂ ਤੇ ਉਹ ਡਰਦਾ ਹੋਇਆ ਝਾੜੀਆਂ ਵਿੱਚ ਜਾ ਕੇ ਲੁਕ ਗਿਆ ਹੈ। ਹੋਡੀ ਬਾਤ ਮੂੰਡ ਇਹ ਆਨੀ, ਮ੍ਰਿਗ ਪੈ ਕਰ ਕੋਕਲਾ ਪਛਾਨੀ। ਤਦ ਰਾਜੇ ਨੇ ਇਹ ਗੱਲ ਆਖੀ, ਜਿਹੜਾ ਹੋਡੀ ਰਾਜਾ ਸੀ ਉਹਦੇ ਦਿਮਾਗ ਦੇ ਵਿੱਚ ਇਹ ਗੱਲ ਆ ਗਈ ਕਿ ਜਿਹੜਾ ਇਹ ਰਾਜਾ ਰਸਾਲੂ ਹੈ ਇਸਨੂੰ ਮੇਰੇ ਬਾਰੇ ਪਤਾ ਲੱਗ ਚੁੱਕਾ ਏ ਤੇ ਇਹ ਮੇਰੇ ਬਾਰੇ ਹੀ ਗੱਲ ਕਰ ਰਿਹਾ ਏ। ਪਰ ਜਿਸ ਵੇਲੇ ਹਿਰਨ ਦੀ ਗੱਲ ਕੀਤੀ, ਰਾਣੀ ਕੋਕਲਾ ਨੇ ਇਉਂ ਪਛਾਣਿਆ ਕਿ ਸ਼ਾਇਦ ਵਾਕਿਆ ਹੀ ਰਾਜਾ ਜਿਹੜਾ ਹੈ ਉਹ ਸ਼ਿਕਾਰ ਤੇ ਜਾਣਾ ਚਾਹੁੰਦਾ ਏ। ਕਹੋ ਤੁਰਤਾ ਹੇ ਹਨ ਲਿਆਉ, ਤਾਂ ਕੋ ਤੁਮਕੋ ਮਾਸ ਖਵਾਉ। ਤੇ ਰਾਜਾ ਆਖਣ ਲੱਗਾ, ਹੇ ਰਾਣੀ ਜੇ ਤੂੰ ਮੈਨੂੰ ਆਖੇ ਤੇ ਮੈਂ ਤੁਰੰਤ ਹੀ ਉਸਨੂੰ ਮਾਰ ਕੇ ਲਿਆਵਾਂ ਤੇ ਉਹਦਾ ਮਾਸ ਭੁੰਨ ਕੇ ਤੈਨੂੰ ਖਵਾਉਂਦਾ ਹਾਂ। ਤਬ ਕੋਕਲਾ ਖੁਸ਼ੀ ਹੋਇਆ ਗਈ, ਚਾਹਤ ਥੀ ਜਿਤ ਮੈਂ ਸੋ ਪਹੀ। ਤੇ ਕੋਕਲਾ ਜਿਹੜੀ ਸੀ ਬਹੁਤ ਖੁਸ਼ ਹੋ ਗਈ ਕਿ ਮੇਰੇ ਮਨ ਦੀ ਗੱਲ ਹੋ ਗਈ ਕਿ ਜੇਕਰ ਇਹ ਰਾਜਾ ਜਾਵੇਗਾ ਤਾਂ ਮੈਂ ਆਪਣੇ ਦੋਸਤ ਨੂੰ ਤੋਂ ਕੱਢ ਸਕਾਂਗੀ, ਬਚਾ ਸਕਾਂਗੀ। ਉਹ ਬਹੁਤ ਖੁਸ਼ ਹੋ ਗਈ, ਮੇਰੇ ਮਨ ਦੀ ਗੱਲ ਹੋ ਗਈ ਹੈ ਕਿ ਜੋ ਮਨ ਦੇ ਵਿੱਚ ਚਾਹੁੰਦੀ ਸੀ ਕਿ ਇਹ ਰਾਜਾ ਹੁਣ ਚਲਿਆ ਜਾਵੇ ਉਹ ਗੱਲ ਹੁਣ ਹੋ ਰਹੀ ਸੀ। ਯਹ ਇਨ ਮੂੜ ਭੇਦ ਨਹਿ ਪਾਇਓ, ਤਦ ਜਾ ਕੋ ਮ੍ਰਿਗ ਕਹੋ ਤਬ ਤਹਾਇਓ। ਪਰ ਉਸ ਕੋਕਲਾ ਮੂਰਖ ਰਾਣੀ ਨੇ ਇਸ ਗੱਲ ਦਾ ਭੇਦ ਨਾ ਸਮਝ ਸਕੀ ਕਿ ਰਸਾਲੂ ਰਾਜੇ ਨੂੰ ਮੇਰੀ ਸਾਰੀ ਗੱਲਬਾਤ ਦਾ, ਮੇਰੇ ਸਾਰੇ ਛਲ ਕਪਟ ਦਾ ਉਸਨੂੰ ਸਾਰਾ ਭੇਦ ਹੈ। ਉਸਨੇ ਇਹੀ ਸਮਝਿਆ ਕਿ ਰਸਾਲੂ ਰਾਜਾ ਜਿਹੜਾ ਹੈ ਉਹ ਹਿਰਨ ਦਾ ਸ਼ਿਕਾਰ ਕਰਨ ਵਾਸਤੇ ਚਲਾ ਗਿਆ ਹੈ। ਸੀੜਨ ਬੀਚ ਨਿਰਪਤ ਲੱਗ ਰਹੇ ਹੋ, ਤੀਰ ਕਮਾਨ ਹੱਥ ਮੈਂ ਗਹਿਓ। ਤੇ ਰਾਜਾ ਰਸਾਲੂ ਆਪਣੇ ਮਹਿਲ ਤੋਂ ਦੂਰ ਨਾ ਗਿਆ, ਉਹ ਆਪਣੇ ਹੱਥ ਵਿੱਚ ਤੀਰ ਕਮਾਨ ਲੈ ਕਰਕੇ ਤੇ ਪੌੜੀਆਂ ਵਿੱਚ ਲੁਕ ਕੇ ਖੜਾ ਹੋ ਗਿਆ। ਜਬ ਹੋਡੀ ਤਿਹ ਠਾਂ ਚਲੇ ਆਇਓ, ਬਿਹਸ ਰਸਾਲੂ ਬਚਨ ਸੁਣਾਇਓ। ਤੇ ਜਿਸ ਵੇਲੇ ਹੋਡੀ ਰਾਜਾ ਆਪਣੇ ਆਪ ਨੂੰ ਬਚਾ ਕਰਦਾ ਹੋਇਆ, ਆਪਣੇ ਆਪ ਨੂੰ ਬਚਾਉਂਦਾ ਹੋਇਆ ਉਸ ਥਾਂ ਤੇ ਆਇਆ ਜਿੱਥੇ ਕਿ ਰਸਾਲੂ ਖੜਾ ਸੀ, ਤਾਂ ਰਸਾਲੂ ਅੱਗੋਂ ਹੱਸ ਪਿਆ। ਅਬ ਤੁਮ ਕਹਿਓ ਪੌਰ ਖਹਿ ਤਰੋ, ਮੋਹ ਪਰ ਪ੍ਰਥਮ ਕਾਇ ਕਹਿ ਕਰੋ। ਤੇ ਰਸਾਲੂ ਨੇ ਹੋਡੀ ਰਾਜੇ ਨੂੰ ਵੰਗਾਰਿਆ, ਉਹ ਆਖਣ ਲੱਗਾ, ਰਸਾਲੂ ਰਾਜਾ ਆਖਣ ਲੱਗਾ ਕਿ ਮੈਂ ਤੈਨੂੰ ਵੰਗਾਰਦਾ ਹਾਂ ਕਿ ਤੂੰ ਆਪਣੇ ਸ਼ਸਤਰ ਸਾਂਭ ਤੇ ਆਪਣੇ ਸ਼ਸਤਰਾਂ ਦੇ ਨਾਲ ਮੇਰੇ ਉੱਤੇ ਵਾਰ ਕਰ। ਕੰਪਤ ਤ੍ਰਸਤਨ ਸ਼ਸਤਰ ਸੰਭਾਰਿਓ, ਤਨ ਧਨ ਬਾਨ ਰਸਾਲੂ ਮਾਰਿਓ। ਪਰ ਹੁਣ ਹੋਡੀ ਹੈ ਤਾਂ ਉਹ ਵੀ ਰਾਜਾ ਸੀ, ਸ਼ਸਤਰ ਵਿੱਦਿਆ ਉਹ ਵੀ ਜਾਣਦਾ ਸੀ, ਦੁਸ਼ਮਣ ਪਰ ਕਿਵੇਂ ਭਾਰੂ ਪੈਣਾ ਸਾਰਾ ਕੁਝ ਜਾਣਦਾ ਸੀ। ਪਰ ਅੰਦਰ ਪਾਪ ਹੋਣ ਕਰਕੇ ਕਿ ਅੰਦਰ ਚੋਰ ਹੋਣ ਕਰਕੇ ਕਿ ਮੈਂ ਪਰਾਏ ਘਰ ਦੇ ਵਿੱਚ ਆਇਆ ਹਾਂ, ਪਰਾਏ ਮਹਿਲ ਦੇ ਵਿੱਚ ਆਇਆ ਹਾਂ, ਰਸਾਲੂ ਦੀ ਰਾਣੀ ਨਾਲ ਮੈਂ ਵਿਚਾਰ ਕਰਦਾ ਪਿਆ ਸੀ, ਇਸ ਗੱਲ ਦਾ ਡਰ ਉਹਦੇ ਮਨ ਦੇ ਉੱਪਰ ਇਤਨਾ ਬੈਠਿਆ ਕਿ ਰਸਾਲੂ ਦੇ ਸਾਹਮਣੇ ਉਹ ਸ਼ਸਤਰ ਨੂੰ ਸੰਭਾਲ ਹੀ ਨਾ ਸਕਿਆ, ਸ਼ਸਤਰ ਨੂੰ ਫੜ ਹੀ ਨਾ ਸਕਿਆ। ਤੇ ਰਸਾਲੂ ਨੇ ਕੀ ਵੇਖਿਆ ਕਿ ਇਹ ਤਾਂ ਮੇਰੇ ਉੱਪਰ ਡਰਦਾ ਹੋਇਆ ਸ਼ਸਤਰ ਦਾ ਵਾਰ ਹੀ ਨਹੀਂ ਕਰਦਾ ਪਿਆ, ਇਹਦੇ ਅੰਦਰ ਜਾਨ ਹੀ ਨਹੀਂ ਰਹੀ ਹੈ,
ਕੰਬੀ ਜਾ ਰਿਹਾ ਹੈ ਤਾਂ ਰਸਾਲੂ ਨੇ ਆਪਣੇ ਹੱਥ ਦੇ ਤੀਰ ਕਮਾਨ ਸਾਂਭ ਕੇ ਤੇ ਉਹਦੇ ਉੱਪਰ ਵਾਰ ਕੀਤਾ ਹੈ। ਲਾਗਤ ਬਾਣ ਤਰਨ ਗਿਰ ਪਰਿਓ ਏਕੈ ਬ੍ਰਣ ਲਾਗਤ ਹੀ ਮਰਿਓ। ਤੀਰ ਲੱਗਦਿਆਂ ਸਾਰ ਹੀ ਇੱਕੋ ਜ਼ਖਮ ਦੇ ਨਾਲ ਜਿਹੜਾ ਰਸਾਲੂ ਜਿਹੜਾ ਉਹ ਹੋਡੀ ਰਾਜਾ ਸੀ ਧਰਤੀ ਉੱਪਰ ਮਰ ਕੇ ਡਿੱਗ ਪਿਆ ਹੈ। ਤਾਕੋ ਤੁਰਤ ਮਾਸ ਕਟ ਲੀਨੋ ਪੂੰਜ ਕੋਕਲਾ ਕੋ ਲੈ ਦੀ ਲਓ। ਤੇ ਰਸਾਲੂ ਨੇ ਕੀ ਕੀਤਾ ਕਿ ਛੇਤੀ ਨਾਲ ਦਾ ਮਾਸ ਕੱਟਿਆ ਤੇ ਉਸ ਮਾਸ ਨੂੰ ਭੁੰਨ ਕੇ ਤੇ ਕੋਕਲਾ ਨੂੰ ਲਿਆ ਕੇ ਫੜਾ ਦਿੱਤਾ। ਤਬ ਤੇ ਮਾਸ ਕੋਕਲਾ ਖਾਇਓ ਲੱਗੀ ਉਸ ਲੋਨ ਨੂੰ ਆਤ ਚਿਤ ਭਾਇਓ। ਜਦ ਇਹ ਮਾਸ ਕੋਕਲਾ ਨੇ ਖਾਧਾ ਤਾਂ ਉਹਨੂੰ ਬਹੁਤ ਹੀ ਸਵਾਦੀ ਲੱਗਾ। ਜਾ ਕੇ ਤੁਲ ਮਾਸ ਕੋ ਨਾਹੀ ਰਾਜਾ ਮੈਰੀ ਜੀ ਮਨ ਮਾਹੀ। ਉਹ ਆਖਣ ਲੱਗੀ ਹੇ ਰਾਜਨ, ਕੋਕਲਾ ਆਖਣ ਲੱਗੀ ਰਸਾਲੂ ਰਾਜਨ ਨੂੰ ਆਖਣ ਲੱਗੀ ਹੇ ਰਾਜਨ, ਇਹਦੇ ਵਰਗਾ ਤਾਂ ਹੋਰ ਕੋਈ ਮਾਸ ਹੀ ਨਹੀਂ ਮੈਂ ਅੱਜ ਤੱਕ ਖਾਧਾ ਤੇ ਬਹੁਤ ਹੀ ਸਵਾਦਿਸ਼ਟ ਹੈ, ਮੈਂ ਬਹੁਤ ਪ੍ਰਸੰਨ ਹੋਈ ਹਾਂ। ਤਬ ਰਸਾਲੂ ਬਚਨ ਉਚਾਰੇ ਵਹਿ ਮਿਰਗ ਕਰ ਪਰੇ ਉਹ ਹਮਾਰੇ। ਰਸਾਲੂ ਰਾਜਾ ਉਸ ਵੇਲੇ ਰਾਣੀ ਨੂੰ ਆਖਣ ਲੱਗਾ ਕਿ ਇਹ ਤਾਂ ਉਹੀ ਹਿਰਨ ਹੈ, ਮੇਰੇ ਹੱਥੀ ਉਹੀ ਹਿਰਨ ਲੱਗਾ ਹੈ ਜਿਹੜਾ ਕਿ ਮੇਰੇ ਜਾਣ ਤੋਂ ਮਗਰੋਂ ਮੇਰੇ ਘਰ ਦੇ ਵਿੱਚ ਆਇਆ ਸੀ। ਜੀਅ ਤੂੰ ਜਾ ਸੋ ਭੋਗ ਕਮਾਇਓ ਮਰੇ ਪ੍ਰਾਂਤ ਮਾਸ ਥੇ ਖਾਇਓ। ਤੇ ਆਖਣ ਲੱਗਾ ਕਿ ਜਿਹੜੇ ਜਿਉਂਦਿਆਂ ਤੇ ਤੂੰ ਉਹਦੇ ਨਾਲ ਵਿਚਾਰ ਕਰਦੀ ਸੀ, ਮੰਦ ਕਰਮ ਕਰਦੀ ਸੀ, ਤੂੰ ਹੁਣ ਇਹਦੇ ਮਰਨ ਦੇ ਮਗਰੋਂ ਤੂੰ ਇਹਦਾ ਮਾਸ ਬੜੇ ਸਵਾਦਾਂ ਨਾਲ ਖਾ ਰਹੀ ਹੈ। ਜਬ ਜਹੇ ਤਨਕ ਪਨਕ ਸੁਣ ਲਈ ਲਾਲ ਹੁਤੀ ਪਿਆਰੀ ਹੋਵੇ ਗਈ। ਜਦ ਇਹ ਗੱਲ ਕੋਕਲਾ ਰਾਣੀ ਨੇ ਆਪਣੇ ਕੰਨਾਂ ਨਾਲ ਰਸਾਲੂ ਰਾਜ ਦੇ ਮੂੰਹ ਦੇ ਵਿੱਚੋਂ ਸੁਣੀ ਤਾਂ ਉਹ ਸ਼ਰਮ ਦੇ ਮਾਰਿਆਂ ਲਾਲ ਤੋਂ ਪੀਲੀ ਹੋ ਗਈ ਕਿ ਚਿਹਰਾ ਰੰਗ ਪੀਲਾ ਹੋ ਗਿਆ, ਸਾਰਾ ਸਰੀਰ ਹੀ ਪਿਲੱਤਣ ਦੇ ਵਿੱਚ ਛਾ ਗਿਆ ਹੈ। ਤ੍ਰਿਗ ਜੀਅ ਬੋ ਇਹ ਜਗਤ ਹਮਾਰੋ ਜਿਨ ਕਾਹਿਓ ਨਿਜ ਮੀਤ ਪਿਆਰੋ। ਉਹਨੇ ਮਨ ਦੇ ਵਿੱਚ ਸੋਚਿਆ ਕਿ ਮੇਰੇ ਪਤੀ ਨੂੰ ਮੇਰੇ ਛਲ ਕਪਟ ਦਾ ਪਤਾ ਚੱਲ ਗਿਆ ਹੈ, ਮੈਂ ਸੋਚਿਆ ਸੀ ਇਹਨੂੰ ਨਹੀਂ ਪਤਾ, ਪਰ ਇਹ ਸਾਰਾ ਕੁਝ ਹੀ ਜਾਣਦਾ ਹੈ। ਤੇ ਇਸ ਕਰਕੇ ਉਹਦੇ ਮੂੰਹੋਂ ਇਹ ਗੱਲਾਂ, ਆਪਣੇ ਪਤੀ ਦੇ ਮੂੰਹੋਂ ਗੱਲਾਂ ਸਾਰੀਆਂ ਸੁਣੀਆਂ ਤਾਂ ਇਤਨੀ ਸ਼ਰਮ ਦੇ ਵਿੱਚ ਆਈ ਕਿ ਸ਼ਰਮ ਦੇ ਮਾਰਿਆਂ ਉਸਨੇ ਸੋਚਿਆ ਕਿ ਮੇਰਾ ਸੰਸਾਰ ਦੇ ਵਿੱਚ ਜਿਉਣਾ ਹੀ ਕਿ ਤ੍ਰਿਗ ਜੀਵੋ, ਮੇਰੇ ਜੀਵਨ ਦੇ ਉੱਪਰ ਲਾਹਨ ਤਾਨੇ ਤਰਕਾਰ ਹੈ ਕਿ ਜੋ ਮੈਂ ਆਪਣੇ ਪਤੀ ਨਾਲ ਧੋਖਾ ਕਮਾਇਆ ਹੈ ਤੇ ਉਸ ਧੋਖੇ ਦਾ ਮੇਰੇ ਪਤੀ ਨੂੰ ਪਤਾ ਵੀ ਚੱਲ ਗਿਆ ਹੈ, ਮੈਂ ਹੁਣ ਕਿਵੇਂ ਦੇ ਨਾਲ ਜਿਉਂਦੀ ਰਹਿ ਸਕਦੀ ਹਾਂ। ਤੇ ਇਸ ਨੇ ਫਿਰ ਮੇਰਾ ਪਿਆਰਾ ਮਿੱਤਰ ਉਸ ਨੂੰ ਵੀ ਮਾਰ ਮੁਕਾਇਆ ਹੈ। ਦੋਹਰਾ ਸੁਨਤ ਕਟਾਰੀ ਨਿਰਪਤ ਕੀ ਲੈ ਆਪਣੇ ਔਰ ਮਾਰ। ਰਾਣੀ ਨੇ ਕੀ ਕੀਤਾ ਕਿ ਰਾਜੇ ਦੀ ਕਟਾਰੀ ਲੈ ਕੇ ਤੇ ਆਪਣੇ ਹੀ ਢਿੱਡ ਦੇ ਵਿੱਚ ਮਾਰ ਲਈ। ਔਰ ਹਨ ਤੋਲ ਹਰ ਤੇ ਗਿਰੀ ਹੋ ਡਹਿ ਨੈਣ ਨਿਹਾਰ। ਤੇ ਹੋਡੀ ਰਾਜ ਦੇ ਸ਼ਕਲ ਨੂੰ ਆਪਣੀ ਅੱਖਾਂ ਦੇ ਵਿੱਚ ਵਸਾਉਂਦੀ ਹੋਈ ਮਹਲ ਦੇ ਉੱਪਰੋਂ ਡਿੱਗ ਪਈ ਹੈ। ਉਧਰ ਕਟਾਰੀ ਮਾਰ ਕੈ ਪਰੀ ਮਹਿਲ ਤੈ ਟੂਟ। ਤੇ ਰਾਣੀ ਕੋਕਲਾ ਆਪਣੇ ਪੇਟ ਦੇ ਵਿੱਚ ਕਟਾਰੀ ਮਾਰ ਕੇ ਤੇ ਮਹਿਲ ਦੇ ਉੱਪਰੋਂ ਡਿੱਗ ਪਈ ਹੈ। ਏਕ ਕਰੀ ਸਸਕਤ ਰਹੀ ਬਹੁਰ ਪਰਾਨ ਕੇ ਛੂਟ। ਤੇ ਕੁਝ ਸਮੇਂ ਵਾਸਤੇ ਤਾਂ ਉਹ ਡਿੱਗ ਕੇ ਕੁਝ ਸਮਾਂ ਸਹਿਕਦੀ ਰਹੀ, ਪਰ ਫਿਰ ਆਖਰ ਉਹਦੇ ਪ੍ਰਾਣ ਨਿਕਲ ਗਏ। ਚਾਉ ਪਈ ਗ੍ਰਹਿ ਤੇ ਟੂਟ ਤਰਨ ਪਰ ਪਰੀ ਲਾਜ ਮਰਤ ਗਮ ਪੁਰ ਮਗ ਪਰੀ। ਮਹਾਰਾਜ ਆਖਦੇ ਹਨ ਕਿ ਮਾਨੋ ਕਿ ਉਹ ਆਕਾਸ਼ ਤੋਂ ਡਿੱਗ ਕੇ ਧਰਤੀ ਤੇ ਆ ਡਿੱਗੀ ਸੀ, ਬਲਕਿ ਸ਼ਰਮ ਦੇ ਕਰਕੇ ਉਹ ਮਰ ਗਈ ਸੀ ਕਿ ਮੇਰੇ ਪਤੀ ਨੂੰ ਮੇਰੇ ਛਲ ਕਪਟ ਦਾ ਪਤਾ ਚੱਲ ਗਿਆ ਹੈ ਤੇ ਫਿਰ ਇਸਨੇ ਮੇਰਾ ਪਿਆਰਾ ਮਿੱਤਰ ਉਸ ਨੂੰ ਵੀ ਮਾਰ ਮੁਕਾਇਆ ਹੈ ਤੇ ਹੁਣ ਤਾਂ ਮੇਰਾ ਜੀਉਣਾ ਸੰਸਾਰ ਦੇ ਫਟਕਾਰ ਜੋਗੀ ਹੈ, ਲਾਹਨਤ ਜੋਗ ਹੈ, ਮੈਂ ਕਿਵੇਂ ਜਿਉਂਦੀ ਰਹਿ ਸਕਦੀ ਹਾਂ। ਤੇ ਮਹਾਰਾਜ ਆਖਦੇ ਹਨ ਕਿ ਮਾਨੋ ਕਿ ਉਹ ਆਕਾਸ਼ ਤੋਂ ਡਿੱਗ ਕੇ ਧਰਤੀ ਉੱਪਰ ਆ ਡਿੱਗੀ ਹੈ ਤੇ ਸ਼ਰਮ ਦੇ ਨਾਲ ਆਪਣੇ ਪ੍ਰਾਣ ਉਸਨੇ ਤਿਆਗ ਦਿੱਤੇ ਹਨ। ਤਬ ਚੱਲ ਤਹਾਂ ਰਸਾਲੂ ਆਇਓ ਮਾਸ ਕੂਕਰਨ ਦੂਹੂੰ ਖਵਾਇਓ। ਤਿਉਂ ਕੋਕਲਾ ਰਾਣੀ ਨੇ ਵਿਚਾਰ ਕਰਕੇ ਸ਼ਰਮ ਕਰਕੇ ਮਰ ਕੇ ਨਰਕ ਦਾ ਰਾਹ ਫੜਿਆ। ਉਦੋਂ ਰਸਾਲੂ ਰਾਜਾ ਮਹਿਲ ਦੇ ਵਿੱਚੋਂ ਬਾਹਰ ਆਇਆ ਤੇ ਉਸਨੇ ਕੀ ਕੀਤਾ ਕਿ ਦੋਹਾਂ ਦਾ ਹੀ ਮਾਸ, ਰਾਣੀ ਕੋਕਲਾਂ ਦਾ ਵੀ ਤੇ ਰਾਜਾ ਹੋਡੀ ਦਾ, ਦੋਹਾਂ ਦਾ ਮਾਸ ਕੁੱਤਿਆਂ ਨੂੰ ਪਾ ਦਿੱਤਾ ਹੈ। ਦੋਹਰਾ ਜੋ ਬਨਤਾ ਪਤੇ ਆਪਨੋ ਤਿਆਗ ਔਰ ਪੈ ਜਾਏ।
सो ऐसो पुन तुरत ही क्यों नहलहत सजाए। ते हथ गुरु महाराज रत्तर दे खीर वे साहबां नूं समझाउणा करदे हन कि खालसा जी कि जिहड़ी इस्त्री इउं अपने पति दा साथ छड के जिहड़ा पति अपनी पत्नी दा साथ छड के किसी होर पराए घर वल जांदा है उस मर्द नूं ते उस इस्त्री नूं तुरंत ही अजिही सजा मिल जानी चाहीदी है कि पाप कर्मां दी सजा उस नूं जरूर मिलनी चाहीदी है। उहदे नाल इवें दा ही व्यवहार होना चाहीदा है जिवें उस कोकला राणी ते उस होड़ी राजे दे नाल होया। सो इस प्रकार चरित्र की समाप्ति करते साहब जी बख्शिश करते हैं कि इस श्री चरित्र पखियाने पुरख चरित्रे मंत्री पूप संवादे 97 चरित्र समापतम सात सुबम सात अफजू। साहब जी बख्शिश करते हैं इस प्रकार चरित्रोपाख्यान दे पुरख चरित्र दा वजीर ते राजे दी आपसी वार्तालाप दा 97 चरित्र शुभ संपूर्ण हुंदा है। सो गुरु प्यारी साध संगत जी इस श्री चरित्र उपाख्यान दे 97 नंबर चरित्र जिस दी विचार आप जी ने सरवण कीती है अते हथगुरु जी ने आप कृपा करके जिस दी विचार करवाई है। सो प्यारी साध संगत जी इस चरित्र दे विच सतगुरु महाराज जी ने एक ऐसी ही इस्त्री जो जिसका नाम राणी कोकला सी उहदा प्रसंग जिहड़ा है ते राजा रसालू जो कि इस्त्री छल कपट विच बिल्कुल फसिया नहीं इन्हां दोहां दा प्रसंग गुरु साहिब जी ने खोल करके दर्शाया है। अते फिर वो राणी कोकला एक ऐसी इस्त्री एक ऐसी जिस दे बाबत गुरबाणी दा फरमान है कि मनमुख मैली कामणी को लखणी कुनार फिर घर छोड़िया आपणा पर पुरखे नाल प्यार कि जिन्हें अपने पति दा साथ छड करके पराए मर्द दे नाल व्यभिचार कीता पराए मर्द दे नाल मंद कर्म कीता ते फिर उस इस्त्री नूं ते उस राजे नूं किवें दी सजा भोगनी पई कि राजा रसालू जिहड़ा सी उस दोहां दा ही मांस कट के कुत्तियां नूं खवाया कि है तां उह राजा सी उह वी राणी सी पर जेकर अपने धर्म दे विच अपने पूरे दृढ़ता नाल कायम रह करके मरदे तां उहनां दी मौत कुझ होर ही होनी सी पर इहनां दोहां ने ही कुकर्म कीते जीवन दे पाप कमाया जिस करके कमौते ही मरे हन भैड़ी मौत मरे हन माड़ी मौत मरे हन नहीं तां उह है राजा सी जिस नाल उहदा हथकार सी माण सी इज्जत सी वड़ियाई सी लोकां दे विच जनता दे विच प्रजा दे विच उसे राज दा ही मान सन्मान सी। मरण ते कई प्रकार दे मान सन्मान होने सन पर जिस वेले कुकर्म करके मरिया है तां आखिर उहनां दा मांस कुत्तियां दे ताईं पाया गया है कुत्तियां ने नोच नोच के मांस खाधा इउं जिउंदे जी वी शर्म दे नाल डुब के मर गए अंदरों उहनां दा अंदर हिरदा जिहड़ा सी जिस वेले उस राजे दा जिहड़ा कि होड़ी राजा सी रसालू राजे नाल मिलाप होया सामना होया तां उस वेले वी शर्म महसूस करके अंदरों अंदर ही मर गया सी जिस वेले राणी कोकला नूं इस गल दा पता लगा कि मेरे घर वाले नूं मेरे छल कपट दा पता लग गया है मैं ना धोखा कीता है तां उस वेले उह वी अपने अंदरों अंदर शर्म दे नाल मर गई सी ते आखिर शरीर नूं छड्ड दित्ता भाव कि आप ही अपने ढिड दे विच कटारी मार के महल तों डिग के मर गई ते जम लोक दा राह फड़ लिया। कि जिउंदे जी भी ऐसे लोग जड़े हुंदे हन जो कुकर्म करन वाले जिउंदे जी भी अणख दी जिंदगी नहीं जिउंदे जिउंदे जी भी शर्म दे नाल दिन रात मरे रहिंदे हन ते मर के भी इजूनां दे विच भटकदे हन दुखां दे विच ही पैंदे हन नरकां दे विच जा के दुख ते कष्ट सहारदे हन। ते धर्मराज ऐसे लोकां नूं कि तपत थम गल लाते आ ऐसे लोकां नूं तपदे होए थम्मां दे नाल लाया जांदा है उहनां नाल जफ़ियां पाईआं जांदियां हन। ਇਹ ਹਤਿਗੁਰਾਂ ਦੀ ਗੁਰਬਾਣੀ ਦਾ ਬਚਨ ਹੈ ਕਿ ਤਪਤ ਥੰਮ ਗਲ ਲਾਤਿਆ ਜਿਹੜੇ ਪੁਰਖ ਜਾਂ ਜਿਹੜੀ ਇਸਤਰੀ ਆਪਣਾ ਕਾਰੋਬਾਰ ਛੱਡ ਕਰਕੇ ਪ੍ਰਾਏ ਗ੍ਰਹਿ ਦੇ ਵਿੱਚ ਜਾਂਦੀ ਹੈ ਉਸ ਇਸਤਰੀ ਨੂੰ ਉਸ ਮਰਦ ਨੂੰ ਪੁਰਖ ਨੂੰ ਇਵੇਂ ਹੀ ਤਪਤ ਦੇ ਥੰਮਾਂ ਦੇ ਨਾਲ ਜਫੀਆਂ ਪਵਾਈਆਂ ਜਾਂਦੀਆਂ ਹਨ ਅਨੇਕਾਂ ਪ੍ਰਕਾਰ ਦੀਆਂ ਸਜਾਵਾਂ ਉਹ ਆਤਮਾਵਾਂ ਫਿਰ ਭੋਗਦੀਆਂ ਹਨ। ਇਸੇ ਕਰਕੇ ਹਥਗੁਰੂ ਮਹਾਰਾਜ ਜੀ ਨੇ ਆਪਾਂ ਨੂੰ ਸਮਝਾਉਣਾ ਕੀਤਾ ਹੈ ਕਿ ਜਿਹੜੇ ਜੀਵਨ ਦੇ ਵਿੱਚ ਛਲ ਕਪਟ ਕਰਦੇ ਹਨ ਜਾਂ ਆਪਣੇ ਘਰ ਨੂੰ ਛੱਡ ਕੇ ਪਰਾਏ ਘਰ ਜਾਂਦੇ ਹਨ ਉਹਨਾਂ ਨੂੰ ਜੀਵਨ ਦੇ ਵਿੱਚ ਇਵੇਂ ਹੀ
ਦੁੱਖ ਦੇ ਕਸ਼ਟ ਸਹਾਰਨੇ ਪੈਂਦੇ ਹਨ, ਉਹਨਾਂ ਦੀ ਹਾਲਤ ਆਖਰ ਫਿਰ ਮਾੜੀ ਹੀ ਹੁੰਦੀ ਹੈ। ਇਸ ਕਰਕੇ ਕਦਾਚਿਤ ਵੀ ਛਲ ਕਪਟ ਜਿਹੜਾ ਹੈ ਆਪਣੇ ਜੀਵਨ ਦੇ ਵਿੱਚ ਕਦੇ ਨਹੀਂ ਕਰਨਾ। ਗੁਰੂ ਸਾਹਿਬ ਜੀ ਚਰਿੱਤਰਾਂ ਦੇ ਵਿੱਚ ਅਧਿਕ ਪ੍ਰਸੰਗ ਜਿਹੜੇ ਹਨ ਛਲ ਕਪਟ ਕਰਨ ਵਾਲਿਆਂ ਦੇ ਖੋਲੇ ਨੇ। ਗੁਰੂ ਸਾਹਿਬ ਨੇ ਆਪਾਂ ਨੂੰ ਸੁਚੇਤ ਕੀਤਾ ਹੈ ਕਿ ਆਪਣੇ ਜੀਵਨ ਛਲ ਕਪਟ ਬਿਲਕੁਲ ਵੀ ਨਹੀਂ ਕਰਨਾ। ਜਿਹੜੇ ਛਲ ਕਪਟ ਕਰਦੇ ਹਨ ਉਹਨਾਂ ਤੋਂ ਸੁਚੇਤ ਰਹਿਣਾ ਹੈ, ਸਾਵਧਾਨ ਰਹਿਣਾ ਹੈ ਤੇ ਆਪਣੇ ਜੀਵਨ ਦਾ ਮਿਆਰ ਗੁਰਮਤ ਦੇ ਅਨੁਸਾਰ ਉੱਚਾ ਤੇ ਸੁੱਚਾ ਬਣਾ ਕੇ ਰੱਖਣਾ ਹੈ। ਵਾਹਿਗੁਰੂ ਦੀਆਂ ਖੁਸ਼ੀਆਂ ਦੇ ਪਾਤਰ ਬਣਨਾ ਹੈ। ਐਵੇਂ ਹੀ ਵਿਕਾਰਾਂ ਦੇ ਵਿੱਚ ਮਲੀਨ ਹੋ ਕਰਕੇ ਆਪਣੀ ਆਤਮਾ ਨੂੰ ਅਪਵਿੱਤਰ ਨਹੀਂ ਬਣਾਉਣਾ। ਮਨੁੱਖਾ ਜਨਮ ਸਫਲਾ ਕਰਨਾ ਹੈ। ਸੋ ਇਸ ਪ੍ਰਕਾਰ ਸਤਿਗੁਰੂ ਮਹਾਰਾਜ ਜੀ ਆਪਾਂ ਨੂੰ ਚਰਿੱਤਰਾਂ ਦੇ ਰਾਹੀਂ ਮਹਾਨ ਸਿੱਖਿਆ ਪ੍ਰਦਾਨ ਕਰ ਰਹੇ ਹਨ, ਬਖਸ਼ਿਸ਼ ਕਰਦੇ ਨੇ। ਸੋ ਲੋੜ ਹੈ ਗੁਰਮਤ ਦੇ ਅਨੁਸਾਰ ਗੁਰਬਾਣੀ ਦੀ ਵਿਚਾਰ ਕਰਕੇ ਗੁਰਮਤ ਦੀ ਸਿੱਖਿਆ ਨੂੰ ਆਪਣੇ ਜੀਵਨ ਦੇ ਵਿੱਚ ਧਾਰਨ ਕਰਨ ਦੀ। ਸੋ ਸਤਿਗੁਰੂ ਮਹਾਰਾਜ ਕਿਰਪਾ ਕਰਨ ਕਿ ਜਿਸ ਸਿਧਾਂਤ ਨੂੰ ਮੁੱਖ ਰੱਖ ਕਰਕੇ ਗੁਰੂ ਸਾਹਿਬ ਚਰਿੱਤਰ ਉਚਾਰਨ ਕੀਤੇ ਹਨ, ਲਿਖੇ ਹਨ, ਉਹ ਸਿਧਾਂਤ ਸਾਨੂੰ ਸਮਝ ਵਿੱਚ ਆ ਜਾਵਣ ਅਤੇ ਉਹਨਾਂ ਸਿਧਾਂਤਾਂ ਦੀ ਕਮਾਈ ਆਪਣਾ ਜੀਵਨ ਦੇ ਵਿੱਚ ਅਮਲੀ ਰੂਪ ਦੇ ਵਿੱਚ ਕਰ ਸਕੀਏ। ਸਤਿਗੁਰੂ ਮਹਾਰਾਜ ਸਾਡੇ ਸਾਰਿਆਂ ਉੱਤੇ ਕਿਰਪਾ ਕਰਨ, ਰਹਿਮਤ ਕਰਨ ਕਿ ਜੋ ਗੁਰੂ ਸਾਹਿਬ ਜੀ ਆਪਣੇ ਖਾਲਸੇ ਨੂੰ ਜਿਵੇਂ ਦਾ ਬਣਾਉਣਾ ਚਾਹੁੰਦੇ ਹਨ ਉਵੇਂ ਦੇ ਅਸੀਂ ਬਣ ਜਾਈਏ ਅਤੇ ਸਤਿਗੁਰੂ ਜੀ ਦੀਆਂ ਹੱਥੀਆਂ ਖੁਸ਼ੀਆਂ ਦੇ ਪਾਤਰ ਬਣ ਸਕੀਏ, ਤਾਂ ਕਿ ਸਾਡਾ ਸੰਸਾਰ 'ਤੇ ਆਉਣਾ ਜਾਣਾ ਸਫਲਾ ਹੋ ਜਾਵੇ, ਲੋਕ ਦੇ ਪਰਲੋਕ ਸੁਹੇਲਾ ਬਣ ਜਾਵੇ। ਸੋ ਪਿਆਰੀ ਸਾਧ ਸੰਗਤ ਜੀ, ਇਤਨੀਆਂ ਬੇਨਤੀਆਂ ਪ੍ਰਵਾਨ ਕਰਨਾ ਜੀ, ਗੁਰਬਾਣੀ ਦੀਆਂ ਗੁਰਮਤ ਵਿਚਾਰਾਂ ਕਰਦਿਆਂ ਏਕ ਨਹੀਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਹਨ। ਸਤਿਗੁਰੂ ਸਾਹਿਬ ਹਤਗੁਰਾਂ ਦੀ ਸੰਗਤ ਬਖਸ਼ਣ ਯੋਗ ਹੈ, ਸੋ ਬਖਸ਼ ਲੈਣਾ। ਗੁਰੂ ਸਾਹਿਬ ਜੀ ਅੱਗੇ ਤੁਸ ਮਤ ਬਖਸ਼ਣ ਤਾਂ ਕਿ ਸੁਚੱਜੇ ਢੰਗ ਦੇ ਨਾਲ ਗੁਰਬਾਣੀ ਦੀਆਂ ਗੁਰਮਤ ਵਿਚਾਰਾਂ ਕਰ ਸਕੀਏ। ਸੋ ਅੰਤ ਵਿੱਚ ਬੜੇ ਪਿਆਰ ਨਾਲ ਫਤਿਹ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।